ਚਾਰ ਕਰਨੇ ਦਾ ਬੜੀ ਲੱਗਦਾ ਵੀ ਜਿਹੜੇ ਕੁੜੀਆਂ ਮੁੰਡੇ ਗਲਤ ਐ ਇੱਥੇ ਇਹ ਕੰਮ ਖਰਾਬ। ਨਾ ਸ਼ਰਾਬ ਕੀ ਨੇ ਕੁੜੀਆਂ ਮੁੰਡੇ ਬੈਠੇ ਰਹਿੰਦੇ ਜੱਫੀਆਂ ਪਾ ਕੇ ਤੇ ਕੁੜੀ ਨੂੰ ਉਧਰ ਨੂੰ ਲੈ ਜੀਆਂ ਖਿੱਚ ਕੇ ਗਾਦੇ ਉਧਰ ਨੂੰ ਲੈ ਜੀਆਂ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ ਗਾਦੇ ਜੱਫੀਆਂ ਪਾ ਪਾ ਕੇ ਬੈਠੇ ਹੁੰਦੇ ਆ। ਗਊਸ਼ਾਲਾ ਤਾਂ ਹੈਗੀਆਂ ਨੇ ਪੈਸੇ ਲੈ ਕੇ ਛੱਡ ਦਿੰਨੇ ਆ ਉੱਥੇ ਤੇ ਊਰੇ ਤੇ ਚੜਾ ਲੈਣੀਆਂ ਕਹਾਂ ਜਾ ਕੇ ਪੈਸੇ ਲੈਣੇ ਆ ਚਲੋ। ਪੋਰਸ ਕੇ ਪੁਕਾਰਦੀਏ ਪੋਰਸ ਪੈਸੇ ਲਿਆਗਾ ਹੋ ਜਾਂਦੀ ਐ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾਨ ਮਿਊਟ ਚੈਨਲ ਤੇ ਮੈਂ ਹਾਂ ਕੁਲਦੀਪ ਸਿੰਘ ਅਸੀਂ ਪਹੁੰਚੇ ਮੁਹਾਲੀ ਦੇ ਸਿਟੀ ਪਾਰਕ ਸੈਕਟਰ 68 ਦੇ ਵਿੱਚ ਤੇ ਇੱਥੇ ਅਸੀਂ ਮੁਹਾਲੀ ਦੀ ਜਿਹੜੀ ਪੋਲਿਟਿਕਸ ਆ ਜਾਂ ਮੁਹਾਲੀ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਤੁਹਾਡੀ ਵਕ ਵਕ ਲੋਕਾਂ ਨਾਲ ਗੱਲਾਂ ਗਰਾਵਾਂਗੇ ਉਹਨਾਂ ਦੇ ਵਿਚਾਰ ਸੁਣਾਉਣ ਨੂੰ ਇੱਥੇ ਇਕੱਠੇ ਹੋਏ ਆ ਔਰ ਕੁਝ ਐਕਸਰਸਾਈਜ਼ ਕਰ ਰਹੇ ਲੋਕ ਕੁਝ ਬਜ਼ੁਰਗ ਜਿਹੜੇ ਰਿਟਾਇਰਡ ਨੇ ਉਹ ਇੱਥੇ ਹਰ ਰੋਜ਼ ਆਪਣੀ ਜਿਹੜੀ ਬੈਠ ਕੇ ਗੱਪਸ਼ਪ ਕਰਦੇ ਆ ਤੇ ਕਿਉਂਕਿ ਹਰ ਜਿਹੜਾ ਬਜ਼ੁਰਗ ਬੰਦਾ ਪੂਰਾ ਹੰਢਿਆ ਹੁੰਦਾ ਆਪਣੀ ਜ਼ਿੰਦਗੀ ਦਾ ਉਹਨੂੰ ਸਾਰੇ ਤਜਰਬੇ ਹੁੰਦੇ ਆ ਪੋਲਿਟਿਕਸ ਦੇ ਜਾਂ ਸ਼ਹਿਰ ਦੇ ਵਿਕਾਸ ਦੇ ਵਿੱਚ ਕੋਈ ਪ੍ਰੋਬਲਮ ਕੋਈ ਸਮੱਸਿਆ ਉਹ ਅਸੀਂ ਜਿਹੜੀ ਆ ਉਹਨਾਂ ਸਾਰੇ ਬਜ਼ੁਰਗਾਂ ਤੋਂ ਤੁਹਾਨੂੰ ਸੁਣਾਵਾਂਗੇ ਕੁਝ ਲੇਡੀਜ਼ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਲੰਘ ਰਹੇ ਨੇ ਪਾਰਕ ਵਿੱਚ ਸ਼ਹਿਰ ਕਰਦੇ ਤੋਂ ਅਸੀਂ ਤੁਹਾਨੂੰ ਕੱਲੇ-ਕੱਲੇ ਦੇ ਨਾਲ ਜਿਹੜੀ ਸ਼ਹਿਰ ਦੀ ਔਰ ਪੂਰੇ ਪੰਜਾਬ ਦੀ ਪੋਲਿਟਿਕਸ ਬਾਰੇ ਜਾਂ ਸ਼ਹਿਰ ਮੁਹਾਲੀ ਦੀਆਂ ਸਮੱਸਿਆਵਾਂ ਬਾਰੇ ਕਿੰਨਾ ਕਿੱਥੇ ਵਿਕਾਸ ਹੋਇਆ ਕਿਹੜੀ ਕਿਹੜੀ ਗੱਲਾਂ ਤੋਂ ਲੋਕ ਪਰੇਸ਼ਾਨ ਆ ਉਹ ਸਾਨੂੰ ਅਸੀਂ ਹੁਣੇ ਨਾਲ ਦੀ ਨਾਲ ਗੱਲ ਕਰਾ ਕੇ ਤੁਹਾਨੂੰ ਪੂਰਾ ਜਿਹੜਾ ਵਿਸਤਾਰ ਨਾਲ ਜਾਣਕਾਰੀ ਦਵਾਗੇ ਅੰਕਲ ਜੀ ਸ਼ੇਅਰ ਕਰਦੇ ਜੀ ਐਕਸਰਸਾਈਜ਼ ਕਰ ਰਹੇ ਹਾਂ ਐਕਸਰਸਾਈਜ਼ ਕਰ ਰਹੇ ਹਾਂ ਇਹ ਸਰ ਕਿਹੜਾ ਪਾਰਕ ਦਾ ਨਾਮ ਕੀ ਹੈ ਸਿਟੀ ਪਾਰਕ ਸਿਟੀ ਪਾਰਕ ਸੈਕਟਰ ਸੈਕਟਰ 68 3 ਸੈਕਟਰ ਸਰ ਆਪਣਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਕੁਲਵੰਤ ਸਿੰਘ ਹੈ ਕਿੱਥੋਂ ਦਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਸਰ ਮੈਂ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਜਿਹੜੀ ਮੁਹਾਲੀ ਦੀ ਪੋਲਿਟਿਕਸ ਹੈ ਜਾਂ ਮੁਹਾਲੀ ਦੇ ਵਿਕਾਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਵਿਕਾਸ ਠੀਕ ਆ ਹੋਇਆ ਜੀ ਹਾਂ ਲੱਗੀਆਂ ਮਸ਼ੀਨਾਂ ਲੱਗੀਆਂ ਐਕਸਰਸਾਈਜ਼ ਦੀਆਂ ਹਰ ਰੋਜ਼ ਐਕਸਰਸਾਈਜ਼ ਕਰਦੇ ਹੋ ਸਰੀਰ ਨੂੰ ਫਿਟ ਰੱਖਦੇ ਹੋ ਜੀ ਵੈਰੀ ਗੁੱਡ ਬਹੁਤ ਅੱਛੀ ਗੱਲ ਆ ਸਰ ਕਿਸ ਤਰ੍ਹਾਂ ਦੀ ਪੋਲਿਟਿਕਸ ਕਿਸ ਤਰ੍ਹਾਂ ਦੀ ਚੱਲ ਰਹੀ ਆ ਤੁਹਾਨੂੰ ਕਿਵੇਂ ਲੱਗਦਾ ਵੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਕਿਸ ਤਰ੍ਹਾਂ ਦਾ ਹਾਲਾਤ ਚੱਲ ਰਹੇ ਆ ਪੋਲਿਟਿਕਸ ਦਾ ਤੁਹਾਨੂੰ ਕੁਝ ਪਤਾ ਹੀ ਨਹੀਂ ਲੱਗਦਾ ਤੁਹਾਨੂੰ ਪਤਾ ਹੀ ਆ ਸਾਰਿਆਂ ਦਾ ਜੀ 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 ਹੁਣ ਨਾ ਤਾਂ ਉਹ ਗੱਲ ਬੈਈ ਜੀ ਕਿਤੇ ਵੀ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਜੀ ਪੋਲਿਟਿਸ਼ੀਅਨ ਤੇ ਕਿਸੇ ਪੋਲਿਟਿਸ਼ੀਅਨ ਤੇ ਵਿਸ਼ਵਾਸ ਨਹੀਂ ਹਲੇਗਾ ਨਾ ਜੀ ਨਾ ਕਿਸੇ ਤੇ ਵੀ ਨਹੀਂ ਹੈਗਾ ਦੇਖਿਆ ਹੀ ਆਪਾਂ ਤੁਹਾਨੂੰ ਹੈਗਾ ਕਿਸੇ ਤੇ ਹੈਂ ਆਪਣਾ ਬਿਆਸੀ ਵਿਊ ਅਸੀਂ ਤੁਹਾਡੇ ਵੀਰਾਂ ਬਜ਼ੁਰਗ ਤੁਸੀਂ ਦੇਖੋ ਸਾਰੀ ਜ਼ਿੰਦਗੀ ਤਜਰਬੇ ਕੀਤੇ ਆ ਤੁਹਾਨੂੰ ਤੁਹਾਨੂੰ ਤਜਰਬੇ ਬਹੁਤ ਹੁੰਦੇ ਆ ਇਸੇ ਕਰਕੇ ਅਸੀਂ ਅੱਜ ਪਾਰਕ ਵਿੱਚ ਤੁਹਾਡੀ ਗੱਲ ਸੁਣਨ ਆਏ ਆ ਪੋਲਿਟਿਸਟਾਂ ਕਿ ਕਿਸੇ ਦੇ ਵੀ ਨਹੀਂ ਵਿਸ਼ਵਾਸ ਅੱਜਕੱਲ੍ਹ ਦੇਖਦੇ ਹੀ ਆਪਾਂ ਹੈ ਆਪਣੇ ਧੀਆਂ ਪੋਤਾਂ ਤੇ ਵੀ ਵਿਸ਼ਵਾਸ ਨਹੀਂ ਹੁੰਦਾ ਤੇ ਜਦ ਮੁੱਖ ਮੰਤਰੀ ਜਿਹੜੇ ਹੁਣ ਚਰਨਜੀਤ ਸਿੰਘ ਚੰਨੀ ਨੇ ਵੀ ਕਾਫੀ ਐਲਾਨ ਕੀਤੇ ਹਾਂ ਐਲਾਨ ਕੀਤੇ ਆ ਵਧੀਆ ਐਲਾਨ ਜੇ ਲਾਗੂ ਹੋ ਜਾਣ ਤਾਂ ਵਧੀਆ ਹੈ ਪਰ ਜੇ ਨਹੀਂ ਲਾਗੂ ਹੁੰਦੇ ਫਿਰ ਤਾਂ ਕੀ ਕਹਿ ਸਕਦੇ ਆ ਮੀਨ ਦਾ ਇਨਫੋਰਸਮੈਂਟ ਦੀ ਜਨ ਕਾਨੂੰਨ ਤਾਂ ਸਾਰੇ ਵਧੀਆ ਹੁੰਦੇ ਆ ਜੇ ਉਹਨਾਂ ਦੀ ਇਨਫੋਰਸਮੈਂਟ ਨਾ ਹੋਵੇ ਤਾਂ ਫਾਇਦਾ ਕੋਈ ਨਹੀਂ ਹੈਗਾ ਚੰਗੇ ਕਾਨੂੰਨ ਵੀ ਬੇਕਾਰ ਹੋ ਜਾਂਦੇ ਆ ਜੀ ਸਰ ਮੁਹਾਲੀ ਦੇ ਓਵਰਆਲ ਡਿਵੈਲਪਮੈਂਟ ਜਿਵੇਂ ਸੜਕਾਂ ਸੁੜਕਾਂ ਚੱਲ ਰਿਹਾ ਹੈ ਡਿਵੈਲਪਮੈਂਟ ਬਹੁਤ ਵਧੀਆ ਜੀ ਵਧੀਆ ਹੋਈ ਆ ਚੰਗਾ ਸ਼ਹਿਰ ਆ ਤਾਂ ਅਵਾਰਾ ਪਸ਼ੂਆਂ ਵਗੈਰਾ ਤੋਂ ਕਿਸ ਤਰ੍ਹਾਂ ਹੈ ਅਵਾਰਾ ਪਸ਼ੂ ਵੀ ਘਟ ਗਏ ਪਹਿਲਾਂ ਨਾਲੋਂ ਬਹੁਤ ਘਟ ਗਏ ਪਹਿਲਾਂ ਬਹੁਤ ਜ਼ਿਆਦਾ ਸੀਗੇ ਹੁਣ ਘਟ ਗਏ ਤੇ ਤੁਸੀਂ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਦੀ ਚਾਹੁੰਦੇ ਹੋ ਮੁਹਾਲੀ ਸ਼ਹਿਰ ਦੇ ਵਿੱਚ ਡਿਵੈਲਪਮੈਂਟ ਠੀਕ ਆ ਕਿਹੜੀ ਗੱਲ ਦੀ ਕਮੀ ਲੱਗਦੀ ਵੀ ਆ ਨਹੀਂ ਹੋਈ ਇਹ ਨਹੀਂ ਪਹਿਲਾਂ ਤਾਂ ਲੋਕਾਂ ਨੂੰ ਚਾਹੀਦਾ ਵੀ ਉਹ ਆਪਣਾ ਆਪਣੇ ਆਪ ਨੂੰ ਠੀਕ ਕਰ ਲੈਣ ਆਪਣੇ ਉਹ ਡਿਵੈਲਪਮੈਂਟ ਹੋ ਜਾਂਦੀ ਹੈ ਲੋਕਾਂ ਦਾ ਕੈਰੇਕਟਰ ਹੀ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ ਫਿਰ ਕੀ ਹੈ ਆਪਣੇ ਆਪ ਠੀਕ ਨਹੀਂ ਹੁੰਦੇ ਹੋਰ ਦੱਸੋ ਧੰਨਵਾਦ ਥੈਂਕ ਯੂ ਅੰਕਲ ਜੀ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਧਰਮ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਮਹਾਲੀਆ ਰਹਿੰਦਾ ਜੀ ਜੀ ਅਸੀਂ ਅੱਜ ਸੋਲਸੇ ਪਾਰਕ ਵਿੱਚ ਸੈਰ ਕਰ ਰਹੇ ਜਿਹੜੇ ਤੁਸੀਂ ਪੁਰਾਣੇ ਸੀਨੀਅਰ ਸਿਟੀਜ਼ਨ ਬਜ਼ੁਰਗ ਨੇ ਸਾਡੇ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨਾ ਹੈ ਕਿ ਜਿਹੜੀ ਮੁਹਾਲੀ ਦਾ ਕਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਪੋਲੀਟਿਸ਼ੀਅਨ ਦੇ ਤੌਰ ਤੇ ਵੀ ਤੇ ਡਿਵੈਲਪਮੈਂਟ ਦੇ ਤੌਰ ਤੇ ਵੀ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਮੁਹਾਲੀ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਕੰਮ ਇੱਥੇ ਹੋ ਰਹੇ ਨੇ ਕਾਫੀ ਕੰਮ ਹੋ ਰਿਹਾ ਹੈ ਜੀ ਹਾਂਜੀ ਤੇ ਮੁਹਾਲੀ ਸ਼ਹਿਰ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਜਿਹੜੀ ਨਹੀਂ ਹੋਈ ਮੁਹਾਲੀ ਸ਼ਹਿਰ ਦੀ ਡਿਵੈਲਪਮੈਂਟ ਹਾਂ ਜੀ ਵੀ ਜਿਵੇਂ ਆਵਾਰਾ ਪਸ਼ੂ ਆਵਾਰਾ ਕੁੱਤੇ ਇਹਨਾਂ ਦਾ ਨਹੀਂ ਕੋਈ ਪ੍ਰਬੰਧ ਕਰਦਾ ਜੀ ਵੀ ਇਹਨਾਂ ਨੂੰ ਕਿਸੇ ਇੱਥੋਂ ਕਿਸੇ ਚੰਗੀ ਜਗ੍ਹਾ ਤੇ ਰੱਖਿਆ ਜਾਵੇ ਇਹਨਾਂ ਨੂੰ ਸੰਭਿਆ ਜਾਵੇ ਜੀ ਹਾਂਜੀ ਪਰ ਮੁਹਾਲੀ ਚ ਦੋ ਗਊਸ਼ਾਲਾਾਂ ਮਾ ਹੈਗੀਆਂ ਵੱਡੀਆਂ ਤੇ ਉਸ ਦੇ ਬਾਵਜੂਦ ਵੀ ਅਜੇ ਜਿਹੜੀ ਉਸ ਦੇ ਬਾਵਜੂਦ ਵੀ ਗਾਵਾਂ ਬਹੁਤ ਫਿਰਦੀਆਂ ਹਰ ਸੈਕਟਰ ਦੇ ਵਿੱਚ ਹਰ ਫੇਸ ਦੇ ਵਿੱਚ ਹਾਂਜੀ ਕੀ ਮਹਿਸੂਸ ਕਰਦੇ ਇਹਦੇ ਵਿੱਚ ਨਗਰ ਨਿਗਮ ਦੀ ਕੋਈ ਲਾਪਰਵਾਹੀ ਹੈ ਜਾਂ ਕੀ ਦੀ ਲਾਪਰਵਾਹੀ ਨਗਰ ਨਿਗਮ ਦੀ ਉਹ ਲਾਪਰਵਾਹੀ ਹੈ ਜੀ ਨਗਰ ਨਿਗਮ ਦੀ ਡਿਊਟੀ ਹੈ ਹੁਣ ਇੱਥੇ ਆਮ ਸ਼ਰੇਆਮ ਫਿਰਦੇ ਕੁੱਤੇ ਜਦੋਂ ਸੈਰ ਕਰਦੇ ਤਾਂ ਕੁੱਤੇ ਆਮ ਫਿਰਦੇ ਨੇ ਵੱਡਣ ਦਾ ਡਰ ਲੱਗਿਆ ਰਹਿੰਦਾ ਹਾਂਜੀ ਪਾਰਕਾਂ 'ਚ ਵੀ ਪਰ ਲੋਕ ਜਿਹੜੇ ਡਰ ਦੇ ਵਿੱਚ ਡਰਦੇ ਆ ਜੀ ਪਾਰਕਾਂ 'ਚ ਵੀ ਕੁੱਤੇ ਘੁੰਮਦੇ ਕਈ ਵੀ ਤਾਂ ਬਹੁਤ ਕੁੱਤੇ ਫਿਰਦੇ ਹੁੰਦੇ ਇੱਥੇ ਇਕੱਲੇ ਬੰਦੇ ਡਰ ਲੱਗਦਾ ਸੈਰ ਕਰਦੇ ਹਾਂਜੀ ਤੇ ਮੋਹਾਲੀ 'ਚ ਜਿਹੜੀਆਂ ਸਿਹਤ ਸਹੂਲਤਾਂ ਪੱਖੋਂ ਕਿਸ ਤਰ੍ਹਾਂ ਦਾ ਹਾਲਾਤ ਹੈਗੇ ਮੋਹਾਲੀ ਦੇ ਵਿੱਚ ਸਿਹਤ ਪੱਖੋਂ ਸਹੂਲਤਾਂ ਸਿਵਰ ਹਸਪੀਟਲ ਹੈਗਾ ਸਰਕਾਰੀ ਹਾਂਜੀ ਉਹ ਵੀ ਠੀਕ ਆ ਤੇ ਦੋ ਹਸਪੀਟਲ ਘੱਟੋ ਘੱਟ ਹੋਰ ਚਾਹੀਦੇ ਮਹਾਲੀ ਦੇ ਵਿੱਚ ਪਾਪੂਲੇਸ਼ਨ ਬਹੁਤ ਹੋ ਗਈ ਨਾ ਹਾਂਜੀ ਤੇ ਤੁਹਾਡਾ ਆਪਣਾ ਸੈਕਟਰ ਕਿਹੜਾ ਹੈਗਾ ਜੀ ਮੇਰਾ ਸੈਕਟਰ 68 ਹੈ ਜੀ ਇਹੀ ਹੈ 68 ਹਾਂਜੀ ਰਹਿਸ਼ੀ ਜਿਹੜਾ ਏਰੀਆ ਤੁਹਾਡਾ 68 ਦਾ ਉਹਦੇ ਵਿੱਚ ਕਿਸ ਤਰ੍ਹਾਂ ਦੀ ਕਮੀਆਂ ਨੇ ਦੇ ਕਿਸ ਤਰ੍ਹਾਂ ਦੀ ਤੁਹਾਨੂੰ ਮਹਿਸੂਸ ਹੋ ਰਹੀਆਂ ਕਮੀਆਂ ਤਾਂ ਇਹ ਹੈ ਵੀ ਸਫਾਈ ਟਾਈਮ ਸਰ ਹੁੰਦੀ ਰਹੇ ਹਾਂਜੀ ਤੇ ਜਿਹਨੇ ਗਾਵਾਂ ਕੁੱਤੇ ਘੁੰਮਦੇ ਗਲੀਆਂ ਵਿੱਚ ਉਹਨਾਂ ਤੇ ਕੰਟਰੋਲ ਕਰਿਆ ਜਾਵੇ ਉਹਨਾਂ ਨੂੰ ਗਊਸ਼ਾਲਾਾਂਾਂ ਵਿੱਚ ਛੱਡਿਆ ਜਾਵੇ ਕੁੱਤਿਆਂ ਨੂੰ ਕੁੱਤੇ ਵਾਲੀ ਜਗ੍ਹਾ ਛੱਡਿਆ ਜਾਵੇ ਹਾਂਜੀ ਤੋ ਮੁਹਾਲੀ ਦੇ ਜਿਹੜੇ ਸਮੱਸਿਆਵਾਂ ਅੰਕਲ ਜੀ ਤੁਹਾਡੇ ਸੱਸੀ ਅੰਕਲ ਜੀ ਤੁਹਾਡੇ ਨਾਲ ਵੀ ਗੱਲ ਕਰਦੇ ਆਪਣਾ ਸਰਨਾਮ ਕੀ ਹੈ ਜੀ ਹਰਦੇਵ ਸਿੰਘ ਆਏ ਕਿਹੜੇ ਸੈਕਟਰ ਦੇ ਰਹਿਣ ਵਾਲੇ ਸਰ ਇਸ ਸੈਕਟਰ ਠਾੜਦੇ ਆ ਜੀ ਤੇ ਸਰ ਕਿਸ ਤਰ੍ਹਾਂ ਦੀ ਮੁਹਾਲੀ ਦੇ ਵਿੱਚ ਕਮੀ ਮਹਿਸੂਸ ਕਰਦੇ ਹੋ ਜਾਂ ਕਿਸ ਤਰ੍ਹਾਂ ਦੇ ਤੁਹਾਨੂੰ ਲੱਗਦਾ ਕਿ ਵਿਕਾਸ ਕਾਰਜ ਠੀਕ ਚੱਲ ਰਿਹਾ ਮੁਹਾਲੇ 'ਚ ਕਾਰਜ ਤਾਂ ਠੀਕ ਨੇ ਜੀ ਜਿਹੜਾ ਮੁਹਾਲੀ ਸੈਕਟਰ ਹੈ ਨਾ ਇਸ ਤਰ੍ਹਾਂ ਚੰਡੀਗੜ੍ਹ ਡਿਵੈਲਪ ਹੋਣਾ ਚਾਹੀਦਾ ਸੀ ਜਿਹਦੇ ਉਹ ਸਭ ਨਾਲ ਡਿਵੈਲਪ ਹੋਣਾ ਚਾਹੀਦਾ ਉਹਦੇ ਜੋ ਕਮੀਆਂ ਪੇਸ਼ੀਆਂ ਸੀ ਉਹਦੇ ਠੀਕ ਹੋਣ ਕੇ ਚਾਹੀਦੀਆਂ ਸੀ ਇੱਥੇ ਇੱਥੇ ਉਹਦੇ ਸਾਬ ਨਾਲ ਨਹੀਂ ਹੋਈਆਂ ਕਿਸ ਤਰ੍ਹਾਂ ਦੀ ਕਮੀ ਮਹਿਸੂਸ ਕਰੀਏ ਤੁਸੀਂ ਉੱਥੇ ਹਰ ਸੈਕਟਰ ਚਾਰ ਸੈਕਟਰਾਂ ਚ ਚਾਰ ਹਿੱਸਿਆਂ ਚ ਵੰਡਿਆ ਵਾ ਤੇ ਇੱਥੇ ਸੈਕਟਰ ਦਾ ਜੇ ਉੱਥੇ ਇੱਕ ਮਕਾਨ ਨੰਬਰ ਦੱਸੋ ਤੁਸੀਂ ਪਤਾ ਲੱਗਦਾ ਵੀ ਇੱਥੇ ਆ ਉਹ ਇੱਥੇ ਪਤਾ ਨਹੀਂ ਲੱਗਦਾ ਵੀ ਕਿੱਥੇ ਆ ਤੇ ਦੂਜੀ ਗੱਲ ਇੱਥੇ ਇਹਨਾਂ ਜਿਹੜੇ ਕੁੱਤੀਆਂ ਆਪਣੇ ਗਾਇਆਂ ਗੂੰਆਂ ਆਮ ਇੱਥੇ ਫਿਰਦੀਆਂ 50 50 200 100 ਤੋਂ ਗਊਆਂ ਇੱਥੇ ਇਕੱਠੀ ਫਿਰਦੀ ਐ ਕੋਈ ਪਤਾ ਨਹੀਂ ਕੋਈ ਕੋਈ ਕੰਟਰੋਲ ਗੋਹਾ ਗੋਹਿਆਂ ਦੇ ਢੇਰ ਲੱਗੇ ਪਏ ਇੱਥੇ ਪਿੰਡ 'ਚ ਹਾਂਜੀ ਤੇ ਸਰ ਇਹ ਤੋਂ ਕਦੇ ਤੁਹਾਨੂੰ ਲੱਗਦਾ ਨਹੀਂ ਨਗਰ ਨਿਗਮ ਦੀ ਲਾਪਰਵਾਹੀ ਹੈ ਇਹਦੇ 'ਚ ਇਹ ਕਿਹਦੀ ਲਾਪਰਵਾਹੀ ਹੈ ਇਹ ਤਾਂ ਨਗਰ ਨਿਗਮ ਦੀ ਲਾਪਰਵਾਹੀ ਹੈ ਜੀ ਕਿ ਜਿਹੜੇ ਪਸ਼ੂਆਂ ਤੇ ਕੰਟਰੋਲ ਕਰਨਾ ਹੈ ਤਾਂ ਨਗਰ ਨਿਗਮ ਨੂੰ ਚਾਹੀਦਾ ਹਾਂਜੀ ਹਾਂਜੀ ਪਰ ਉਹਨਾਂ ਨੇ ਗਊਸ਼ਾਲਾਾਂ 'ਵਾਂ ਵੀ ਹੈਗੀਆਂ ਉਹਨਾਂ ਦੀ ਪੰਜੜੀ ਪਸ਼ੂ ਕੈਚਰ ਇੱਕ ਮਸ਼ੀਨ ਗੱਡੀ ਆ ਉਹ ਵੀ ਸ਼ਹਿਰ 'ਚ ਘੁੰਮਦੀ ਆ ਫਿਰ ਵੀ ਕਮੀ ਜੋ ਮਾਰਜੀ ਜਾਵੇ ਜੋ ਕਾਰਬਿਓ ਨਹੀਂ ਹੋਣੀ ਉਹਦਾ ਕੋਈ ਫਾਇਦਾ ਨਹੀਂ ਜੀ ਤੇ ਪਸ਼ੂਆਂ ਦੀ ਸਭ ਤੋਂ ਵੱਡੀ ਪ੍ਰੋਬਲਮ ਹਾਲੀ ਦੇ ਪਸ਼ੂਆਂ ਦੀ ਹੈ ਜੀ ਗੋਹਾ ਤੁਸੀਂ ਦੇਖੋ ਕੁੰਬੜੇ ਦੇ ਨਾਲ-ਨਾਲ ਗੋਹਾ ਹੀ ਗੋਹਾ ਪਿਆ ਸੜਕਾਂ ਤੇ ਜੀ ਕਿੰਨੇ ਕ ਸਾਲ ਹੋ ਗਏ ਸਰ ਤੁਹਾਨੂੰ ਮਾਲੀ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਕੋਈ ਸਵਾ ਕ ਸਾਲੇ ਹੋਇਆ ਜੀ ਹੁਣੇ ਆਇਆ ਮੈਂ ਥੋੜੀ ਦੇਰ ਕਿੰਨਾ ਕ ਪੈਸਾ ਖਰਚ ਕਰਕੇ ਅਸੀਂ ਕੋਠੀ ਬਣਾਈ ਇੱਥੇ ਆਪਾਂ ਇੱਥੇ ਤਾਂ ਜੇ ਪਹਿਲਾਂ ਸੀ ਜਦੋਂ ਤਾਂ ਕੋਈ ਇੱਕ 10 ਦੇ ਕਰੈਂਟ ਤੇ ਖਰਚ ਲੱਖ ਰੁਪਇਆ ਲਾ ਕੇ ਤੁਸੀਂ ਇੱਥੇ ਇੱਕ ਸੁਪਨਾ ਬਣਾਇਆ ਸੀਗਾ ਤੇ ਉਹ ਸੁਪਨਾ ਸਾਕਾਰ ਹੋ ਰਿਹਾ ਜਾਂ ਨਹੀਂ ਉਹਦੇ ਨਾਲ ਤੁਸੀਂ ਹੁਣ ਆਏ ਦੇਖੋ ਇੱਥੇ ਲਾਈਟਾਂ ਲੱਗਣੀਆਂ ਉਹ ਤੋਂ ਸ਼ਾਮ ਨੂੰ ਦੇਖੋ 6 ਵਜੇ ਤੋਂ ਬਾਅਦ ਇੱਥੇ ਲਾਈਟ ਨਹੀਂ ਕੋਈ ਪ੍ਰਬੰਧ ਨਹੀਂ ਹੈਗਾ ਕਿ ਸਿਟੀ ਪਾਰਕ ਦੇ ਵਿੱਚ ਹਾਂਜੀ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਇੱਥੇ ਮਤਲਬ ਇੱਥੇ ਆਕੇ ਵੀ ਸ਼ਾਮ ਨੂੰ ਫਿਰ ਉਹ ਪਿੰਡ ਦਾ ਹੀ ਮਾਹੌਲ ਜਿਹੜਾ ਉਹ ਨਹੀਂ ਪਿੰਡ ਨਾਲ ਤਾਂ ਚਲੋ ਠੀਕ ਹੈ ਪਰ ਕੋਈ ਲਾਈਟ ਦਾ ਪ੍ਰਬੰਧ ਨਹੀਂ ਵਧੀਆ ਨਹੀਂ ਹੈਗਾ ਇਹਨਾਂ ਜੀ ਹਾਂਜੀ ਤੇ ਜਿਹੜਾ ਮਕਾਨਾਂ ਦੇ ਆਲੇ ਦੁਆਲੇ ਜਿਹੜੇ ਗੋਬਰ ਦੇ ਢੇਰ ਆ ਤਾਂ ਨੀ ਮਕਾਨਾ ਸੈਕਟਰ ਵੀ ਤਾਂ ਠੀਕ ਨੇ ਗੋਬਰ ਨਹੀਂ ਹੈਗਾ ਆ ਜਿਹੜਾ ਪਿੰਡ ਦੇ ਆਲੇ-ਦਾਲੇ ਨੇ ਨਾ ਇੱਥੇ ਬਹੁਤ ਗੋਬਰ ਹੈ ਸੜਕਾਂ ਦੇ ਉਨੂੰ ਪਿੰਡ ਦੇ ਚਾਰੇ ਪਾਸੇ ਸੌਰੀ ਹੈਗਾ ਅਨ ਪਿੰਡ ਸੈਕਟਰ ਦੇ ਸਾਈਡ ਤੇ ਉਹ ਉਹਦੇ ਗੋਬਰ ਤੋਂ ਤੁਸੀਂ ਉਹ ਬਹੁਤ ਢੇਰ ਲੱਗੇ ਪਏ ਗੰਧ ਆਉਂਦਾ ਨਾ ਫਿਰ ਲੋਕ ਭੈੜਾ ਹੀ ਲੱਗਦਾ ਸੈਕਟਰ ਵਿੱਚ ਗੰਧ ਹੋਵੇ ਇਹਨਾਂ ਜੀ ਤੇ ਕਦੇ ਨਗਰ ਨਿਗਮ ਨੂੰ ਕਦੇ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਜਿਹੜਾ ਸ਼ਹਿਰ ਦਾ ਇਹ ਜਿਹੜਾ ਹਾਲਾਤ ਠੀਕ ਕੀਤੇ ਜਾਣ ਨਹੀਂ ਅਸੀਂ ਤਾਂ ਨਹੀਂ ਜੀ ਕੀਤੀ ਮੈਂ ਤਾਂ ਸਵਾ ਕਸਾਲੇ ਹੋਏ ਇੱਥੇ ਆਇਆ ਨੂੰ ਪਰ ਉਹ ਨਗਰ ਨਿਗਮ ਦੇ ਸਾਰੇ ਇੱਥੇ ਦੇ ਐਮਸੀ ਨੇ ਵਗੈਰਾ ਸਾਰਾ ਕੋਈ ਉਹਨਾਂ ਨੂੰ ਪਤਾ ਹੀ ਹੈ ਉਹ ਇੱਥੇ ਚਾਰ 23 ਸੈਕਟਰ ਦੇ ਨੇ ਐਮਸੀ ਵਗੈਰਾ ਉਹਨਾਂ ਨੂੰ ਪਤਾ ਪਰ ਉਹ ਬੈਕਗ੍ਰਾਉਂਡ ਕਿਹੜੇ ਪਿੰਡ ਤੋਂ ਰਹਿਣ ਲੱਗੇ ਸਾਰੇ ਕਿੱਥੇ ਅਸੀਂ ਜੀ ਮੈਂ ਤਾਂ ਚੰਡੀਗੜ੍ਹ ਰਹਿਆ ਪਹਿਲਾਂ 40 ਸਾਲ ਅੱਛਾ ਜੀ ਤੇ ਉਹ ਤੋਂ ਪਿਛਲਾ ਬੈਕਗ੍ਰਾਉਂਡ ਪਿੰਡ ਆ ਮਰੁੰਡੇ ਕੋਲ ਮੇਰਾ ਧਨੋਰੀ ਅੱਛਾ ਜੀ ਹਾਂਜੀ ਤੇ ਧਨੋਰੀ ਤੋਂ ਜਿਹੜਾ ਮੁਹਾਲੀ ਆ ਕੇ ਮਤਲਬ ਕਿੰਨਾ ਕੁ ਵਧੀਆ ਮਹਿਸੂਸ ਕੀਤਾ ਉਹ ਤਾਂ ਪਿੰਡ ਸੇ ਜੀ ਹੁਣ ਜਦੋਂ ਬਚਪਨ ਦੇ ਸਾਨੂੰ ਉਹ ਚੰਗਾ ਲੱਗਦਾ ਸੀ ਹੁਣ ਉੱਥੇ ਨੌਕਰੀ 40 ਸਾਲ ਚੰਡੀਗੜ੍ਹ ਰਹੇ 35-40 ਸਾਲ ਚੰਡੀਗੜ੍ਹ ਰਹੇ ਇੱਥੇ ਤਾਂ ਸਵਾ ਕੁ ਸਾਲ ਹੋ ਗਏ ਚੰਡੀਗੜ੍ਹ ਦੇ ਰਹੇ ਮੈਂ ਯਾਦ ਹੁਣ ਚੰਡੀਗੜ੍ਹ ਦੀ ਜ਼ਿਆਦਾ ਆਉਂਦੀ ਆ ਜਾਂ ਪਿੰਡ ਦੀ ਚੰਡੀਗੜ੍ਹ ਚੰਡੀਗੜ੍ਹ ਹੈ ਜੇ ਹੁਣ ਚੰਡੀਗੜ੍ਹ ਦਾ ਹੁਣ ਇਹ ਨਾ ਸ਼ਹਿਰਾਂ ਚ ਉਹ ਨਹੀਂ ਕੀਤਾ ਜਾ ਸਕਦਾ ਚੰਡੀਗੜ੍ਹ ਚੰਡੀਗੜ੍ਹ ਉੱਥੇ ਰੌਣਕ ਚੰਗੀ ਹੈ ਹਰ ਇੱਕ ਚੀਜ਼ ਉੱਥੇ ਸੌਲਤ ਵਧੀਆ ਹੈ ਤੇ ਬਹੁਤ ਵਧੀਆ ਸਿਸਟਮ ਮਾਰਕੀਟ ਸਿਸਟਮ ਇੱਥੇ ਪਹਿਲਾਂ ਮਾਰਕੀਟ ਸਿਸਟਮ ਹੀ ਨਹੀਂ ਹੈ ਕੋਈ ਨਾ ਕੋਈ ਸੈਕਟਰ ਉਚਾ ਸੈਕਟਰਾਂ ਚ ਚਾਰ ਹਿੱਸਿਆਂ ਚ ਵੰਡਿਆ ਵਾ ਨਾ ਕੋਈ ਟ੍ਰਾਂਸਪੋਰਟ ਦਾ ਸਿਸਟਮ ਹੈ ਕੋਈ ਵਧੀਆ ਸਿਸਟਮ ਨਹੀਂ ਇੱਥੇ ਬੱਸ ਸਰਵਿਸ ਦੀ ਗੱਲ ਚੱਲੀ ਸੀਗੀ ਨਗਰ ਨਿਗਮ ਬੱਸ ਸਰਵਿਸ ਕਹਿੰਦੇ ਸਿਟੀ ਬੱਸ ਸਰਵਿਸ ਚਲਾਉਣੀ ਵੈਸੇ ਤਾਂ ਕਾਫੀ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਕੋਈ ਨਹੀਂ ਚੱਲੇ ਕੋਈ ਮੇਰੇ ਸੌਣਤ ਮੈਂ ਤਾਂ ਦੇਖੀ ਨਹੀਂ ਕਦੇ ਚੱਲਦੀ ਬੱਸ ਇੱਥੇ ਹਾਂਜੀ ਤੇ ਤੁਹਾਨੂੰ ਸੰਭਾਵਨਾ ਹੈ ਕਿ ਬੱਸ ਸਰਵਿਸ ਚੱਲੂ ਹੋਗੀ ਇੱਥੇ ਜਿਹੜੇ ਹਾਲਾਤ ਨੇ ਨਹੀਂ ਚੱਲਦੀ ਲੱਗਦੇ ਨਹੀਂ ਜੀ ਇਹ ਤਾਂ ਬੱਸ ਵੋਟਾਂ ਨੇ ਦਾ ਉਹ ਆਪਣੇ ਗੱਲਾਂ ਮਾਰ ਕੇ ਲੰਘ ਗਏ ਨੇ ਵੋਟਾਂ ਲੈਣੀਆਂ ਉਹਨੇ ਚੱਲ ਗੱਲ ਕਰ ਗਏ ਹਾਂਜੀ ਮੈਮ ਆਪਣਾ ਸ਼ੁਭ ਨਾਮ ਕੀ ਹੈ ਜੀ ਰਾਜਕੁਮਾਰੀ ਕਿੱਥੋਂ ਦੇ ਰਹਿਣ ਵਾਲੇ ਮੈਂ ਜੀ ਮੋਹੱਲੇ ਦੇ ਰਹਿਣ ਵਾਲੇ ਆ ਮੈਂ ਪੁੱਢਾ ਤੋਂ ਸੁਬਨਟਾ ਰਿਟਾਇਰ ਹੋਈ ਆ ਵੈਰੀ ਗੁੱਡ ਤੇ ਅੱਜ ਇੱਥੇ ਸੈਰ ਕਰਨ ਆਏ ਤੇ ਪਾਰਕ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਪਹਿਲਾਂ ਤਾਂ ਇਹ ਦੱਸੋ ਇਹ ਪਾਰਕ ਦਾ ਮਾਹੌਲ ਤਾਂ ਬਹੁਤ ਅੱਛਾ ਹੈ ਲੋਕੀ ਜਿਹੜੇ ਰਿਟਾਇਰੀ ਸਾਰੇ ਮਿਲਵਤ ਕੇ ਰਹਿੰਦੇ ਨੇ ਆਪਸ ਵਿੱਚ ਸਫਾਈ ਵੀ ਹੁੰਦੀ ਹੈਗੀ ਆ ਪਰ ਲੇਕਿਨ ਜਿਹੜੀ ਥੋੜੀ-ਬਹੁਤੀਆਂ ਕਮੀ ਹੁੰਦੀਆਂ ਉਹ ਹੌਲੀ-ਹੌਲੀ ਕਹਿ-ਕਹਿ ਕੇ ਕਰਵਾ ਲੀਦੀਆਂ ਹੈਗੇ ਅਸੀਂ ਦੂਜਾ ਅਸੀਂ ਪੁੱਢਾ ਤੋਂ ਰਿਟਾਇਰ ਹੋਏ ਆ ਜਿਹੜੇ ਹਾਊਸਿੰਗ ਬੋਰਡ ਮੁਲਾਜ਼ਮਾ 33 35 33 ਸਾਲ ਅਸੀਂ ਸੇਵਾ ਕੀਤੀ ਆ ਸਾਨੂੰ ਕੋਈ ਉਹ ਨਹੀਂ ਹੈਗੀ ਪੈਨਸ਼ਨ ਨਹੀਂ ਹੈਗੀ ਚਲੋ ਕਈਆਂ ਬੰਦਿਆਂ ਦਾ ਹੁੰਦਾ ਹੈਗਾ ਗੁਜ਼ਾਰਾ ਨਹੀਂ ਹੁੰਦਾ ਹੈਗਾ ਬੱਚੇ ਕਿਤੇ ਅਸੀਂ ਜਦੋਂ 37 33 ਸਾਲ ਸਰਕਾਰ ਦੀ ਸੇਵਾ ਕੀਤੀ ਆ ਸਾਨੂੰ ਸਾਡਾ ਸਾਡਾ ਹੱਕ ਤਾਂ ਸਾਨੂੰ ਮਿਲਿਆ ਨਹੀਂ ਬਾਕੀ ਨੂੰ ਅਸੀਂ ਕਿਸੇ ਨੂੰ ਕੀ ਹੱਕ ਦਵਾਵਾਂਗੇ ਕਿ ਨਹੀਂ ਜੀ ਗਲੇ ਹੈ ਗਿਆ ਹੋਰ ਬਾਕੀ ਜੋ ਚੱਲਦਾ ਤੁਹਾਨੂੰ ਦਿਸਦਾ ਹੀ ਹੈ ਵੀ ਕੀ ਹੈ तकरीबन ਸ਼ਹਿਰ ਦੇ ਹਾਲਾਤ ਕਿਸ ਤਰ੍ਹਾਂ ਦੇ ਮਹਿਸੂਸ ਕਰ ਰਹੇ ਮੁਹਾਲੀ ਸ਼ਹਿਰ ਦੇ ਕਿਸ ਸਫਾਈ ਪੱਖੋਂ ਸਫਾਈ ਪੱਖੋਂ ਗੰਦਗੀ ਪੱਖੋਂ ਆਵਾਰਾ ਪਸ਼ੀਆਂ ਪੱਖੋਂ ਨਹੀਂ ਆਵਾਰਾ ਨਹੀਂ ਠੀਕ ਹੈਗਾ ਆਵਾਰਾ ਪਿਛੇ ਕੁੰਬੜੇ ਛਾ ਹੈਗੇ ਆ ਜੀ ਅਸੀਂ ਤਾਂ ਉਧਰ 60 ਸੈਕਟਰ ਰਹਿੰਦੇ ਆ ਸਾਡਾ ਸੈਕਟਰ ਠੀਕ ਹੈ ਆਈਟੀ ਸੈਕਟਰ ਹੈਗਾ ਉਹ ਉਧਰ ਸਾਬ ਸਫਾਈ ਵੀ ਚੱਲੀ ਜਾ ਰਹੀ ਹੈਗੀ ਆ ਬਾਕੀ ਜੇ ਤੁਸੀਂ ਕੋ ਆਈਐਮਸੀ ਨੂੰ ਗਰੰਟਾ ਭੇਜੋਗੇ ਤੇ ਕੰਮ ਕਰਵਾਣਗੇ ਕਰਾਨਗੇ ਕਿ ਨਹੀਂ ਜੀ ਮਿਲਣਗੇ ਜਦੋਂ ਹੋਰ ਤਾਂ ਕੀ ਹੈਗਾ ਜੀ ਚੱਲੀ ਜਾ ਰਿਹਾ ਹੈਗਾ ਰੁਟੀਨ ਆਮ ਲਾਈਫ ਚੱਲੀ ਜਾ ਰਹੀ ਆ ਗਰੀਬ ਤਾਂ ਕਨੀ ਚੇਨ ਜਾ ਰਿਹਾ ਅਮੀਰ ਤਾਂ ਉੱਪਰ ਨੂੰ ਹੋ ਰਿਹਾ ਹੈਗਾ ਬਸ ਇਹੀ ਪ੍ਰੋਬਲਮ ਆ ਰਹੀ ਆ ਹੋਰ ਤਾਂ ਕੋਈ ਨਹੀਂ ਹੈਗਾ ਮੈਂ ਕੋਈ ਛੋਟੇ ਮਲਾਜਮ ਨੂੰ ਜਾਂ ਛੋਟੇ ਬੰਦੇ ਨੂੰ ਦਿਹਾੜੀਦਾਰ ਨੂੰ ਮਜ਼ਦੂਰ ਨੂੰ ਤੇ ਲਾਈਫ ਬਹੁਤ ਮੁਸ਼ਕਲ ਹੋਈ ਹੋਈ ਹੈ ਇਸ ਟਾਈਮ ਇਹ ਇਹ ਹਾਲ ਹੈਗਾ ਇਸ ਟਾਈਮ ਦਾ ਮੁਹਾਲੀ ਸ਼ਹਿਰ ਦੇ ਹਲਕੇ ਦੀ ਪੂਰੇ ਦੀ ਪੋਲਿਟਿਕਸ ਬਾਰੇ ਕੀ ਕਹਿਣਾ ਤੁਹਾਡਾ ਕਿ ਵਧੀਆ ਵਧੀਆ ਚੱਲ ਰਹੀ ਹੈ ਸਿਹਤ ਸਹੂਲਤਾਂ ਪੱਖੋਂ ਹੋਰ ਠੀਕ ਹੈ ਵਧੀਆ ਬਸ ਅੱਛੇ ਆਪਣਾ ਨਾਮ ਸੁਭਨਾਮ ਕੀ ਹੈ ਜਸਵੀਰ ਕੌਰ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਅਸੀਂ ਇੱਥੇ ਦੇ ਜੀ ਠਾਟ ਸੈਕਟਰ ਦੀ ਮੋੜ ਦੇ ਹਾਂ ਜੀ ਕੀ ਮਹਿਸੂਸ ਕਰਦੇ ਹੋ ਮੋੜੀ ਸ਼ਹਿਰ ਦੇ ਬਾਰੇ ਚੱਤ ਨਹੀਂ ਸ਼ਹਿਰ ਤਾਂ ਵਧੀਆ ਹੈ ਜੀ ਡੰਗਰ ਬਈ ਬਹੁਤ ਹੈ ਪਸ਼ੂਆਂ ਨੇ ਤਾਂ ਬਹੁਤ ਜ਼ਿਆਦਾ ਦਰਵਾਜ਼ੇ ਮੂਰੇ ਗੋਫਾ ਕਰਕੇ ਜਾਂਦੇ ਆ ਜੀ ਪਰ ਇਹਨਾਂ ਦੀ ਮਸ਼ੀਨਾਂ ਉਹ ਗੱਡੀਆਂ ਲਾਈਆਂ ਹੋਈਆਂ ਗਊਸ਼ਾਲਾਂ ਵੀ ਵੱਡੀਆਂ ਹੈਗੀਆਂ ਗਊਸ਼ਾਲਾਂ ਤਾਂ ਹੈਗੀਆਂ ਨੇ ਪੈਸੇ ਲੈ ਕੇ ਛੱਡ ਦਿੰਨੇ ਆ ਜੀ ਉੱਥੇ ਦੇ ਉਰੇ ਤੇ ਚੜਾ ਲੈਣੀਆਂ ਕਹਾਂ ਜਾ ਕੇ ਪੈਸੇ ਲੈਣੇ ਆ ਚਲੋ ਕਿੰਨਾ ਪਰੇਸ਼ਾਨ ਹੁੰਦੇ ਫਿਰ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਨੇ ਜੀ ਬਹੁਤ ਜ਼ਿਆਦਾ ਕਹਿ ਨਹੀਂ ਸਕਦੇ ਵੀ ਜਿੰਨਾ ਪਰੇਸ਼ਾਨ ਹੁੰਨੇ ਕਿੱਦੱਕੇ ਜਦ ਸਵੇਰ ਉੱਠੋਗੇ ਗੋਬਰ ਹਾਂਜੀ ਗੋਬਰੇ ਗੋਬਰ ਹੁੰਦਾ ਜੀ ਜੀ ਸੋ ਕਦੇ ਨਗਰ ਨਿਗਮ ਨੂੰ ਕਦੇ ਅਪਰੋਚ ਕਰੀਆ ਐਮ ਸੀ ਨੂੰ ਕਦੇ ਤੁਸੀਂ ਆਪਣੇ ਐਮ ਸੀ ਨੂੰ ਕਿਹਾ ਉਹ ਵੀ ਵਿਚਾਰਾ ਕਿਆ ਕਰੇ ਜੀ ਉਹ ਵੀ ਕਿਆ ਕਰ ਸਕਦੇ ਆ ਉਹਨਾਂ ਨੇ ਬਥੇਰਾ ਉਹ ਕਰਦੇ ਆ ਪਰ ਉਹ ਪੈਸੇ ਲੈ ਕੇ ਛੱਡ ਦਿੰਨੇਗਾ ਇਹਨੂੰ ਪੈਸੇ ਲੈ ਲੈਣੇ ਪਿੰਡ ਵਾਲਿਆਂ ਨੇ ਪੈਸੇ ਕਰੇ ਵੀ ਆ ਆਪੇ ਫੋਨ ਕਰਨ ਵਾਲੇ ਆਪੇ ਚੱਕਣ ਵਾਲੇ ਆ ਉੱਥੇ ਜਾਣਾ ਉੱਥੇ ਜਾ ਕੇ ਛੱਡ ਦੇਣੀ ਆ ਜਾ ਕੇ ਪੈਸੇ ਲੈ ਕੇ ਉਹ ਜੀ ਗੱਲ ਸਮਝੀ ਇੱਕ ਬੰਦੇ ਨੇ 50000 ਰੱਗਾ ਮਾਰਖੇ ਹੋਈਆਂ ਹਨਾ ਸਵੇਰੇ ਦੁੱਧ ਚੋਂਦੇ ਹੈਗੇ ਆ ਆਪਣਾ ਵੇਚਦੇ ਆ گاਵਾਂ ਨੂੰ ਛੱਡ ਦਿੰਦੇ ਆ گاਵਾ ਘੁੰਮਦੇ ਰਹਿੰਦੇ ਨੇ ਰੱਜ ਪੁੱਜ ਕੇ ਘਰਾਂ ਨੂੰ ਚਲੇ ਜਾਂਦੀਆਂ ਸ਼ਾਮ ਨੂੰ ਫੇਰ ਇਦਾਂ ਹੀ ਕਰਦੇ ਹੈਗੇ ਆ گاਵਾ ਤਾਂ ਲੋਕੀ ਸੰਭਾਲਦੇ ਕਲੋਨੀ ਵਾਲੇ گاਵਾ ਲੋਕੀ ਉਹ ਥੋੜਾ ਸਮਾਂ ਮਾਲਕ ਦਾ ਸੰਭਾਲਦੇ ਨਹੀਂ ਸ਼ਾਮ ਨੂੰ ਆਉਂਦੇ ਡੰਡਾ ਲੈ ਕੇ ਹੱਕ ਅਕੇ ਲੈ ਜਾਂਦੇ ਆ ਜੀ ਚਲੋ ਵਿੱਚ ਹੋਈਏ ਇਹਨਾਂ ਨੂੰ ਉਹ ਵਿਚਾਰੇ ਤੁਸੀਂ ਸ਼ਾਮ ਨੂੰ ਦੇਖਿਓ 100 100 ਗਆਹ ਹੁੰਦੀਆਂ ਜਿਹੜੇ ਦੁਰਾਜੇ ਤੇ ਹੋਰ ਉਸ ਤੋਂ ਇਲਾਵਾ ਤੁਹਾਨੂੰ ਮੁਹਾਲੀ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਜੀ ਹੋਰ ਤਾਂ ਸਭ ਕੁਝ ਠੀਕ ਕੋਈ ਮਾਰਕੀਟਾਂ 'ਚ ਕੋਈ ਕੋਈ ਇਦਾਂ ਦੇ ਜਾਂ ਸਿਹਤ ਸਹੂਲਤਾਂ ਦੀ ਕੋਈ ਦਿੱਕਤ ਹੋਵੇ ਨਹੀਂ ਨਹੀਂ ਜੀ ਸਭ ਕੁਝ ਠੀਕ ਹੈ ਜੀ ਪੋਲਿਟੀਕਲ ਸਿਸਟਮ ਠੀਕ ਚੱਲ ਰਿਹਾ ਤੁਹਾਨੂੰ ਤੇ ਕੋਈ ਇਹ ਤਾਂ ਨਹੀਂ ਲੱਗਦਾ ਕਿ ਨਵੀਂ ਪਾਰਟੀ ਕੋਈ ਹੋਰ ਆਉਣੀ ਚਾਹੀਦੀ ਹੈ ਇੱਥੇ ਜਿਹੜੀ ਹੁਣ ਇੱਥੇ ਕਾਂਗਰਸ ਨਹੀਂ ਜਿਹੜਾ ਸੀ ਜੁਣਾਂਗੇ ਦੇਖ ਕੇ ਨਵੇਂ ਤਾਂ ਚੁਣਾਂਗੇ ਵਧੀਆ ਪਰ ਪੜੇ ਲਿਖੇ ਹੋਵੇ ਸਾਡੀ ਗੱਲ ਸੁਣਦਾ ਹੋਵੇ ਜਿਹਦਾ ਹੁਣ ਐਮਸੀ ਐ ਅਸੀਂ ਕਹਿੰਦੇ ਵੀ ਆਪਣੀ ਵਾਰਡ ਦਾ ਹੋਣਾ ਚਾਹੀਦਾ ਆਪਣੇ ਨੇੜੇ ਦਾ ਹੋਣਾ ਚਾਹੀਦਾ ਅਸੀਂ ਕਹਿੰਦੇ ਏਦਾਂ ਹੀ ਕਹਿੰਨ ਸਰਕਾਰ ਜਾਂ ਕੋਈ ਨੇੜੇ ਦਾ ਬੰਦਾ ਕੋਈ ਕੰਮ ਕਰਨ ਵਾਲਾ ਕੋਈ ਬੰਦਾ ਵੀ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਪਾਰਟੀ ਦਾ ਨਹੀਂ ਹੁੰਦਾ ਵੀ ਮਤਲਬ ਇਹ ਹੁੰਦਾ ਵੀ ਬੰਦਾ ਕੰਮ ਕਰਨ ਵਾਲਾ ਬੰਦਾ ਚਾਹੀਦਾ ਪੜੇ ਲਿਖਾ ਹੋਵੇ ਤੇ ਹੁਣ ਇਸ ਵੇਲੇ ਇਸ ਵੇਲੇ ਤੁਹਾਡੇ ਐਮਐਲਏ ਜਿਹੜੇ ਉਹ ਕਿਸ ਤਰ੍ਹਾਂ ਦੇ ਤੁਹਾਨੂੰ ਮਹਿਸੂਸ ਹੋ ਰਹੇ ਦੇਖੋ ਜੀ ਨਵੇਂ ਐਮਐਲਏ ਬਾਰੇ ਤਾਂ ਹਾਲੇ ਸਾਨੂੰ ਪਤਾ ਹੀ ਨਹੀਂ ਹੈ ਇਸ ਵੇਲੇ ਮੌਜੂਦਾ ਐਮਐਲਏ ਦੂਸਾਬ ਸੀਗੇ ਉਹ ਤੇ ਉਹ ਕੰਮ ਵੀ ਕਰਵਾ ਦਿੰਦੇ ਸੀ ਕਰਵਾਉਂਦੇ ਰਹੇ ਕੰਮ ਜੀ ਉਹਨਾਂ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਨਵੇਂ ਜੋ ਇਹ ਤਾਂ 2-4 ਮਹੀਨੇ ਦੀ ਸਰਕਾਰ ਸੀਗੀ ਹਾਂ ਕੀ ਕਹਿ ਸਕਦੇ ਪਰ ਹੁਣ ਚੰਨੀ ਸਰਕਾਰ ਕਾਫੀ ਜ਼ਿਆਦਾ ਐਲਾਨ ਕਰ ਰਹੀ ਹੈ ਵੀ ਅਸੀਂ ਕਰ ਦਾਂਗੇ ਉਹ ਐਪਲੀਕੇਬਲ ਹੋਊਗੀ ਜਾਂ ਨੋਟੀਫਿਕੇਸ਼ਨ ਆਊਂਗੀਆਂ ਹਨਾ ਤੇ ਲੋਕਾਂ ਨੂੰ ਥੋੜਾ ਜਿਹਾ ਸਾਹਸ ਮਿਲੇਗਾ ਤਾਂ ਹੀ ਹੋਏਗਾ ਹਲੇ ਤਾਂ ਅਨਾਉਂਸਮੈਂਟ ਹੈ ਜਦੋਂ ਨੋਟੀਫਿਕੇਸ਼ਨ ਹੋਏਗੀ ਤਾਂ ਹੀ ਪਤਾ ਲੱਗੇਗਾ ਵੀ ਕਿਹੜੀ ਨੋਟੀਫਿਕੇਸ਼ਨ ਹੋ ਰਹੀ ਹੈ ਕਿ ਨਹੀਂ ਇੱਕ ਹੁਣ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਵੱਲੋਂ ਪੰਜਾਬ ਵੱਲ ਰੁਖ ਕਰ ਰਹੀ ਹੈ ਹਾਲਾਂਕਿ ਪਹਿਲਾਂ ਵੀ ਹੈ ਤੇ ਭਾਜਪਾ ਵੀ ਹੈਗੀ ਆ ਪੰਜਾਬ ਵੱਲੋਂ ਆ ਰਹੀ ਉਹਦੇ ਬਾਰੇ ਆਪਣਾ ਕੀ ਵਿਚਾਰੇ ਦੋਨਾਂ ਪਾਰਟੀਆਂ ਬਾਰੇ ਦੇਖੋ ਜੀ ਪਾਰਟੀ ਦੀ ਤਾਂ ਗੱਲ ਛੱਡੋ ਮੈਂਬਰ ਹੁੰਦਾ ਕਿਹੜਾ ਮੈਂਬਰ ਕਿੱਥੇ ਸਾਡੇ ਇਲਾਕੇ 'ਚ ਕਿਹੜਾ ਮੈਂਬਰ ਹੈ ਸਾਡੀ ਕਿਹੜੀ ਗੱਲ ਸੁਣਦਾ ਹੈਗਾ ਸਾਨੂੰ ਤਾਂ ਮੈਂਬਰ ਤਾਂ ਹੁੰਦਾ ਸਾਨੂੰ ਪਾਰਟੀ ਦਾ ਨਹੀਂ ਹੈਗਾ ਕੋਈ ਵੀ ਹੈਗਾ ਸਾਡੇ ਤਾਂ ਆਪ ਦੇ ਕੰਮ ਹੋਣੇ ਚਾਹੀਦੇ ਹੈਗੇ ਆ ਸਾਡੇ ਘਰਾਂ ਦੀ ਨੇੜੇ ਦੀ ਸਫਾਈ ਹੋਣੀ ਚਾਹੀਦੀ ਆ ਪਾਰਕਾਂ ਸਾਫ਼ ਹੋਣੀ ਚਾਹੀਦੀਆਂ ਹੈਗੀਆਂ ਬਿਜਲੀ ਦੀਆਂ ਜੇ ਕੋਈ ਪ੍ਰੋਬਲਮ ਆ ਇਮੀਡੀਏਟਲੀ ਜਦੇ ਨਾਲ ਦੀ ਨਾਲ ਕਲੀਅਰ ਹੋਣੀ ਚਾਹੀਦੀ ਹੈਗੀ ਆ ਇਹ ਚੀਜ਼ਾਂ ਜਦੋਂ ਹੋਈ ਜਾਉਂਗੀਆਂ ਜੇ ਜਿਹੜੀ ਮਰਜ਼ੀ ਸਰਕਾਰ ਆਵੇ ਜੀ ਆਮ ਪਬਲਿਕ ਤਾਂ ਇਹੀ ਚ ਆਉਂਦੀ ਹੈ ਜੋ ਤੁਹਾਨੂੰ ਮੈਂ ਦੱਸੀ ਇਹ ਗੱਲ ਕਿ ਨਹੀਂ ਜੀ ਤੇ ਅਵਾਰਾ ਸਭ ਤੋਂ ਵੱਡਾ ਮਤਲਬ ਜਿਹੜਾ ਪਸ਼ੂ ਅਵਾਰਾ ਪਸ਼ੂਆਂ ਦਾ ਤੁਹਾਨੂੰ ਲੱਗਦਾ ਉਹੋ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨ ਹੈ ਸੀ ਇਹ ਤਾਂ ਜਿਹੜੇ ਜਿਹੜੇ ਪਿੰਡ ਜਿੱਦਾਂ ਪੈਂਦਾ ਵੀ ਮੌਲੀ ਪੈ ਗਿਆ ਹੈ ਨਾ ਸੋਹਣਾ ਪੈ ਗਿਆ ਗੁੰਬੜਾ ਪੈ ਗਿਆ ਨੇੜੇ ਨੇੜੇ ਜਿਹੜੇ ਪੈਂਦੇ ਆ ਉਹ ਸੈਕਟਰ ਵਾਲੇ ਪਰੇਸ਼ਾਨੀ ਤਾਂ ਹੁੰਦੇ ਆ ਕੀ ਲੱਗਦਾ ਇਹਦਾ ਹੱਲ ਕੀ ਹੋ ਸਕਦਾ ਇਹਦਾ ਜੀ ਹੱਲ ਇਹ ਹੋ ਜਾਂਦਾ ਇੱਕ ਬਈ ਚਲੋ ਬਾਉਂਡਰੀ ਬਾਉਂਡਰੀ ਜਿੱਦਾ ਪਿੰਡ ਆ ਬਾਉਂਡਰੀ ਕਰਵਾ ਲਾਂ ਚਾਰੇ ਪਾਸੇ ਤੁਸੀਂ ਬਾਉਂਡਰੀ ਤੋਂ ਅਗਲੇ ਨੇ ਨਿਕਾਸੀ ਠੀਕ ਕਰਨ ਨਾਲ ਗੱਡੀਆਂ ਦੇ ਇੱਕ ਪਾਸੇ ਗੇਟ ਲਗਵਾ ਦਨ ਹੈ ਨਾ ਇਹ ਤਾਂ ਇਹ ਚੀਜ਼ਾਂ ਜੇ ਹੋ ਜਾਣ ਹੋਰ ਕੀ ਚਾਹੀਦਾ ਫਿਰ ਤਾਂ ਫੋਰਨ ਕੰਟਰੀ ਇੱਥੇ ਹੀ ਆ ਫਿਰ ਤੱਕ ਨਹੀਂ ਗਿਆ ਫਿਰ ਤੱਕ ਕੈਨੇਡਾ ਇੱਥੇ ਹੀ ਆ ਬਾਹਰ ਜਾਂਦੀ ਤਾਂ ਲੋੜੀ ਨਹੀਂ ਪੈਸੇ ਖਰ ਜੀ ਮਨਜੀਤ कौर ਕਿੱਥੋਂ ਦੇ ਰਹਿਣ ਵਾਲੇ ਤੁਸੀਂ ਵਾਲੀ ਦੇ ਕਿਹੜੇ ਸੈਕਟਰ ਦੇ 68 ਤੋਂ ਅੱਜ ਇੱਥੇ ਸੈਰ ਕਰਨ ਆਏ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਸੈਰ ਕਰਨੇ ਤਾਂ ਵਧੀਆ ਲੱਗਦਾ ਵੀ ਜਿਹੜੇ ਕੁੜੀਆਂ ਮੁੰਡੇ ਗਲਤ ਇੱਥੇ ਇਹ ਕੰਮ ਖਰਾਬ ਹੈ ਮਤਲਬ ਪਾਰਕਾਂ ਦੇ ਵਿੱਚ ਜਿਹੜੇ ਬੱਚੇ ਬਾਹਰ ਲਿਆ ਸਟੇਟਾਂ ਦੇ ਆ ਜਾਂ ਕਿੱਥੇ ਦੇ ਨੇ ਪਤਾ ਨਹੀਂ ਬਾਹਰ ਲੈ ਕੇ ਆਏ ਦਾ ਰਹੀ ਹੈ ਇਹ ਕਿਹੜੇ ਭਈਏ ਬੁਈਏ ਜੇ ਬਈ ਇਹਨਾਂ ਨੇ ਗੰਦ ਪਾਇਆ ਪਿਆ ਇੱਥੇ ਬਹੁਤ ਲੋਕ ਕਿਸ ਤਰ੍ਹਾਂ ਦੇ ਹਰਕਤਾਂ ਹੈ ਕੀ ਕਰਦੇ ਆ ਸ਼ਰਾਬ ਪਿੰਦੇ ਆ ਜਾਂ ਕੀ ਕਰਦੇ ਨਾ ਸ਼ਰਾਬ ਪਿੰਦੇ ਕੁੜੀਓ ਮੁੰਡੇ ਬੈਠੇ ਰਹਿੰਦੇ ਜੱਫੀਆਂ ਪਾ ਕੇ ਕਦੇ ਕੁੜੀ ਨੂੰ ਉਧਰ ਨੂੰ ਲੈ ਜਾਂ ਖਿੱਚ ਕੇ ਕਦੇ ਉਧਰ ਨੂੰ ਲੈ ਜਾਂ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ ਕਦੇ ਜੱਫੀਆਂ ਪਾ ਕੇ ਬੈਠੇ ਹੁੰਦੇ ਆ ਬਸ ਇਹ ਆਮ ਆਮ ਜਿਹੜੇ ਬਜ਼ੁਰਗ ਤੁਸੀਂ ਹੈਗੇ ਤੁਹਾਨੂੰ ਇਸ ਮਤਲਬ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਨਹੀਂ ਅਸੀਂ ਕਹਿ ਵੀ ਦੇ ਜੀ ਅਗਰ ਕਹਿਣਾ ਨਹੀਂ ਮੰਨਦੇ ਹੈਗੇ ਹਾਂ ਬਸ ਤੇ ਉਸ ਤੋਂ ਇਲਾਵਾ ਤੁਹਾਨੂੰ ਹੋਰ ਕੀ ਲੱਗਦਾ ਜਿਹੜਾ ਮੁਹਾਲੀ ਚ ਕੋਈ ਆਵਾਰਾ ਪਸ਼ੂਆਂ ਦਾ ਜਾਂ ਸੜਕਾਂ ਦਾ ਉਹ ਤਾਂ ਜੀ ਬਾਅ ਫਿਰਦੇ ਆ ਉਹ ਤਾਂ ਜ਼ਿਆਦਾ ਹੀ ਫਿਰਦੇ ਆ ਕਿੰਨੇ ਕਿੰਨੇ ਕੁ ਸਮੱਸਿਆਵਾਂ ਹੈਗੀ ਇਹਦੀ ਜਿਹੜੀ ਆਵਾਰਾ ਪਸ਼ੂਆਂ ਦੀ ਆ ਆ ਕੇ ਘਰ ਮੋੜਾਂ 'ਚ ਵੀ ਖੜੇ ਰਹਿੰਦੇ ਆਂ ਨੇ ਨਾਰਾਂ ਦੀਆਂ ਨਾਰਾਂ ਉਹ ਨਾ ਲੋਕ ਸੋ ਆਪਣੀਆਂ ਗਾਈਆਂ ਨੂੰ ਬੰਨਦੇ ਆ ਹਾਂ ਇੱਥੇ ਤੇ ਸਾਰੀ ਲੇਨ ਲੱਗ ਜਾਂਦੀ ਐ ਹਾਂ ਗਾਈਆਂ ਬਹੁਤ ਆ ਹਾਂ ਗਾਈਆਂ আর ਮੈਸਾ ਇਹ ਬਹੁਤ ਹੈ ਹਾਂਜੀ ਕਿ ਕਦੇ ਐਮਸੀ ਨੂੰ ਜਾਂ ਕਿਸੇ ਨੂੰ ਆਪਣੇ ਨੂੰ ਕਦੇ ਕਿਹਾ ਤੁਸੀਂ ਕਿ ਵੀ ਤੁਸੀਂ ਇਹਨੂੰ ਠੀਕ ਕਰੋ ਨਹੀਂ ਐਮਸੀ ਨੂੰ ਕਿਹਾ ਤਾਂ ਹੈਗਾ ਇਹ ਵਿਚਾਰਾ ਚੰਗੇ ਕੰਮ ਕਰਦਾ ਕਿਹੜੇ ਐਮਸੀ ਤੁਹਾਡੇ ਇੱਥੇ ਇਹ ਆ ਕੇ ਆਈਦੇ ਨੋ ਸੋਨ ਸੰਜੂ ਅੱਛਾ ਹਾਂਜੀ ਸੰਜੂ ਜੀ ਸਭ ਤੋਂ ਵੱਡੀ ਸਮੱਸਿਆ ਪਾਰਕ ਦੇ ਵਿੱਚ ਤੁਹਾਡੀ ਇਹੀ ਹੈ ਕਿ ਜਿਹੜੇ ਜਿਹੜੇ ਮੁੰਡੇ ਕੁੜੀਆਂ ਇਹ ਗਲਤ ਹਰਕਤਾਂ ਗਲਤ ਹਰਕਤਾਂ ਕਰਦੀ ਹੈ ਤੁਸੀਂ ਕਦੇ ਇਹਦੇ ਬਾਰੇ ਕੋਈ ਪੁਲਿਸ ਨੂੰ ਜਾਂ ਕਿਸੇ ਨੂੰ ਹੋਰ ਨੂੰ ਕਦੇ ਕਰੋਗੇ ਕੁਝ ਪੁਲਿਸ ਕਹੇ ਪਕਾ ਦਈਏ ਪੁਲਿਸ ਪੈਸੇ ਲਿਆਗਾ ਉਹ ਜਾਂਦੀ ਹੈ 500 ਰੁਪਏ ਲੈ ਲੈਂਦੇ ਉਹ ਛੱਡ ਦਿੰਦੇ ਜਿਹੜੀ ਤੁਹਾਡੀ ਪਾਰਕ ਦੇ ਵਿੱਚ ਸ਼ੈਅ ਕਰਨ ਦੀ ਸਮੱਸਿਆ ਉਹ ਪੂਰੀ ਨਹੀਂ ਹੋ ਪਾਉਂਦੀ ਸ਼ੈਅ ਨਹੀਂ ਨਾ ਸੈਰ ਨਹੀਂ ਪੂਰੀ ਹੁੰਦੀ ਬਸ ਸਾਡੀ ਦੀ ਇਹ ਸਮੱਸਿਆ ਉਹ ਡਰਦੇ ਨਹੀਂ ਕਿਸੇ ਤੇ ਵੀ ਹਾਂ ਜੇ ਕਹਿ ਵੀ ਦੇਈਦਾ ਫਿਰ ਆਪਣਾ ਮੜੇ ਪਿੱਛੇ ਨੂੰ ਹੋ ਜਾਂਦੇ ਮੁੜ ਕੇ ਫੇਰ ਬਹਿ ਜਾਂਦੇ ਆ ਇਹ ਗੰਦ ਇੱਥੇ ਬਹੁਤ ਹੈ ਇਸ ਪਾਰਕ ਵਿੱਚ ਕੁੜੀਆਂ ਮੁੰਡਿਆਂ ਦਾ ਗੰਦ ਬਹੁਤ ਹੈ ਚਲੋ ਅਸੀਂ ਤੁਹਾਡੀ ਮਾਤਾ ਜੀ ਜਿਹੜੀ ਆਵਾਜ਼ ਹੈ ਇਹਨੂੰ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਕਿ ਬਜ਼ੁਰਗਾਂ ਦੀ ਜਿਹੜੀ ਇਹ ਸਾਡਾ ਸੱਭਿਆਚਾਰ ਨਹੀਂ ਹੈਗਾ ਇਹ ਹਾਂਜੀ ਸਾਡਾ ਸੱਭਿਆਚਾਰ ਤਾਂ ਇਹੀ ਹੈ ਕਿ ਬੱਚਿਆਂ ਨੂੰ ਬੱਚੇ ਆਪਣੇ ਬਜ਼ੁਰਗਾਂ ਦੀ ਅੱਖਾਂ ਦਾ ਕੂਰ ਮੰਨਣ ਸ਼ਰਮ ਆਂਦੀ ਹੈ ਜੀ ਸਾਨੂੰ ਦੇਖਦੇ ਨਹੀਂ ਸ਼ਰਮ ਆਂਦੀ ਹੈ ਚੰਗਾ ਨਹੀਂ ਲੱਗਦੀ ਹੈ ਜੀ ਹਾਂਜੀ ਬਸ ਇਹੀ ਸਮੱਸਿਆ ਹੈ ਜੀ ਇਹ ਗਾਇਆਂ ਬਹੁਤ ਵਾਰ ਐ ਫਿਰਦੀਆਂ ਇਹ ਬਸ ਥੈਂਕ ਯੂ ਅਸੀਂ ਦੇਖ ਰਹੇ ਹਾਂ ਕੁੱਤੇ ਤਾਂ ਹੁਣ ਵੀ ਜੀ ਬਹੁਤ ਹੈ ਆ ਪਾਰਕ ਦੇ ਕੋਲ ਹੁਣ ਵੀ ਅਸੀਂ ਤੁਹਾਨੂੰ ਦਿਖਾਣੇ ਮੜਾ ਮੈਂ ਕੈਮਰਾਮੈਨ ਨੂੰ ਕਹਿੰਦਾ ਕਿ ਜਿੰਮ ਦੀ ਮਸ਼ੀਨ ਦੇ ਕੋਲ ਕੁੱਤੇ ਘੁੰਮ ਰਹੇ ਆ ਉਹ ਦਿਖਾਣੇ ਤੁਹਾਨੂੰ ਨਾਲ ਦੀ ਨਾਲ ਕੁੱਤੇ ਉਧਰ ਦੇਖੋ ਜਿੰਮ ਦੇ ਉਧਰ ਮਾਰੂਗੇ ਤੁਸੀਂ ਤੇ ਕਿਵੇਂ ਆਵਾਰਾ ਕੁੱਤੇ ਜਿਹੜੇ ਆ ਇੱਥੇ ਘੁੰਮ ਰਹੇ ਆ ਛੋਟੇ ਛੋਟੇ ਜੀ ਜਿਵੇਂ ਤੇ ਜਿਮ ਦੇ ਕੋਲ ਬੱਚੇ ਛੋਟੇ ਛੋਟੇ ਜਿੰਮ ਖੇਡ ਰਹੇ ਕਰ ਰਹੇ ਤੇ ਕੁੱਤੇ ਇੱਥੇ ਆਵਾਰਾ ਜਿਹੜੇ ਉਹ ਘੁੰਮ ਰਹੇ ਸਾਡੇ ਤਾਂ ਦਰਵਾਜ਼ੇ ਬਰਾ ਕੇ ਅੰਦਰ ਬੋਲਾ ਵੱਜਦੀਆਂ ਜੀ ਅੱਛਾ ਜੀ ਹਾਂ ਮਤਲਬ ਪਾਰਕਾਂ ਦੇ ਵਿੱਚ ਜਿਹੜੇ ਬੱਚੇ ਹਾਂਜੀ ਹਾਂਜੀ ਉਹ ਸਾਹਮਣੇ ਖੇਡਦੇ ਆ ਨਾ ਬੋਲਾ ਬੋਲਾ ਸਾਡੇ ਅੰਦਰ ਜਾਂਦੀਆਂ ਬਹੁਤ ਵਾਰੀ ਕਹਿ ਵੀ ਲਿਆ ਕਹਿ ਕੇ ਵੀ ਕੀ ਫਾਇਦਾ ਹੈ ਨਹੀਂ ਇੱਕ ਵਾਰੀ 100 ਨੰਬਰ ਪਰ ਵੀ ਫੋਨ ਕਰਿਆ ਕਿੱਥੇ ਆ ਕਿੱਥੇ ਕਹਿ ਗੂ ਕੱਕਣੀ ਉਹ ਹੋ ਗਿਆ ਮਤਲਬ ਪੁਲਿਸ ਵੀ ਕੋਈ ਸੁਣਵਾਈ ਨਹੀਂ ਕਰਦੀ ਕਿੱਥੇ ਕਰਦੀ ਹੈ ਜੀ ਕਰਿਆ ਤਾਂ ਇੱਕ ਵਾਰੀ ਫੋਨ ਪਿੱਛੇ ਗਰਮੀਆਂ ਜਾਂਚ ਬੋਲੋ ਸਿੱਧੀਆਂ ਸਾਡੇ ਅੰਦਰ ਆਉਣੀਆਂ ਅਦ ਗੇਟ ਸਾਹਮਣੇ ਹੈ ਤੇ ਸਰ ਪੋਲਿਟਿਕਸ ਦੇ ਬਾਰੇ ਜਿਹੜਾ ਆਪਣਾ ਪੰਜਾਬ ਦੀ ਪੋਲਿਟਿਕਸ ਮੁਹਾਲੀ ਦੀ ਪੋਲਿਟਿਕਸ ਬਾਰੇ ਕੀ ਆ ਵਿਚਾਰ ਵਿਊ ਪੂਰਾ ਪੰਜਾਬ ਦੀ ਛੱਡੋ ਪੂਰੇ ਇੰਡੀਆ ਦੀ ਪੋਲਿਟਿਕ ਗੰਦੀ ਹੋਈ ਹੋਈ ਹੈ ਇਹ ਕੋਈ ਪੋਲਿਟਿਸ਼ੀਅਨ ਨਹੀਂ ਇਹ ਤਾਂ ਚੋਰ ਇਕੱਠੇ ਹੋਏ ਹੋਏ ਨੇ ਇਹਦਾ ਲੁੱਟਣ ਦਾ ਲੱਗੇ ਹੋਏ ਨੇ ਪਬਲਿਕ ਨੂੰ ਗਲਤ ਆਪਣਾ ਬਿਆਨ ਬਾਈਆਂ ਕਰਕੇ ਫਾਲਸ ਪ੍ਰੋਮਿਸ ਕਰਕੇ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਸਭ ਆਪਣੇ ਘਰ ਭਰ ਕੇ ਬਹਿ ਜਾਂਦੇ ਆ ਇਹ ਤੇ ਸਰ ਇਹੋ ਜੀ ਇਹਨਾਂ ਦੇ ਮੁੰਡੇ ਕੁੜੀਆਂ ਨੂੰ ਜੋਬਾਂ ਮਿਲ ਜਾਂਦੀਆਂ ਹੈ ਕਿ ਇਹਨਾਂ ਰੈਸਟੋਰੈਂਟਾਂ ਨੂੰ ਜੋਬਾਂ ਮਿਲ ਜਾਂਦੀਆਂ ਹੋਰ ਕਿਸੇ ਦਾ ਖਾਤਾ ਜੋਬ ਨਹੀਂ ਹੈਗੀ ਬਾਕੀ ਇਹਨਾਂ ਲਾਰੇ ਲੱਪੇ ਨੇਗੇ ਸਰ ਐਜ ਪਰਟੀਕੂਲਰ ਕੋਈ ਕਿਹੜਾ ਆਪਾਂ ਨੂੰ ਲੱਗਦਾ ਕਿ ਜਿਹੜਾ ਇਹ ਸਪਰਟੀਕੂਲਰ ਇਹ ਮੈਂ ਜਿਹੜੀ ਇੱਕ ਪੋਲੀਟਿਸ਼ੀਅਨ ਜ਼ਿਆਦਾ ਉਹਨਾਂ ਨੇ ਭ੍ਰਸ਼ਟਾਚਾਰ ਕੀਤਾ ਇਹ ਸਾਰੇ ਇਹ ਕਹਿੰਦੇ ਕਿ ਇਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਸਾਰਿਆਂ ਦੀ ਇਹਨਾਂ ਦੇ ਅੱਜ ਤੋਂ 20 ਸਾਲ ਦਾ ਪੁਰਾਣਾ ਰਿਕਾਰਡ ਕੱਢ ਕੇ ਉਹਨਾਂ ਵੀ ਇਹਨਾਂ ਕੋਲ ਕੀ ਪ੍ਰਾਪਰਟੀ ਸੀਗੀ ਹੁਣ ਪ੍ਰਾਪਰਟੀ ਕਿੰਨੀ ਹੈ ਇਹਨਾਂ ਕੋਲ ਇਹਨਾਂ ਦੇ ਰਜਿਸਟਰਾਰਾਂ ਕੋਲੇ ਕਿੰਨੀ ਪ੍ਰਾਪਰਟੀ ਹੋ ਗਈ ਹੁਣ ਇਹ ਸਾਰਾ ਹੋਣਾ ਚਾਹੀਦਾ ਤੇ ਸਰ ਮੁਹਾਲੀ ਦੀ ਮੁਹਾਲੀ ਹਲਕੇ ਦੀ ਪੋਲੀਟਿਕਸ ਦੀ ਜੇ ਗੱਲ ਕਰੀਏ ਉਹ ਤੋਂ ਕਿੰਨੇ ਕੁ ਸੰਤੁਸ਼ਟ ਨੇ ਲੋਕ ਸਰ ਮੁਹਾਲੀ ਦੇ ਪੋਲੀਟਿਕਸ ਦਾ ਕੋਈ ਐਸੀ ਕਹਿਆ ਕੀ ਹੈ ਸੇ ਕੁਝ ਵੀ ਨਹੀਂ ਗੱਲਾਂ ਬਾਤਾਂ ਨਹੀਂ ਗਈਆਂ ਸਰ ਜਿਵੇਂ ਪਾਰਕਾਂਪੁਰਕਾਂ ਦਾ ਹੋਰ ਸ਼ਹਿਰ ਪੂਰਾ ਜਿਵੇਂ ਕਮ ਵਿਕਾਸ ਕਮ ਕਿਸ ਤਰ੍ਹਾਂ ਦੇ ਚੱਲ ਰਿਹਾ ਹੈ ਜਿਹੜਾ ਵਿਕਾਸ ਹੈਗਾ ਗਾ ਸੜਕ ਦੇਖ ਲਓ ਤੁਸੀਂ ਪਟੇ ਨੂੰ 2 ਸਾਲ ਹੋ ਗਏ ਨੇ ਕਿ ਸੇ ਉਹ ਸੀਵਰੇਜ ਦੇ ਪਾਈਪਾਂ ਪਣੀ ਹੈ ਤਾਂ ਕੋ ਸੜਕ ਨਹੀਂ ਬਣੀ ਸਾਡੇ ਗਲੀ ਦੀ ਸੜਕ ਹੈਗੀ ਆ 5 ਸਾਲ ਪਹਿਲਾਂ ਹੋਈ ਸੀ ਕਿ ਹੁਣ ਟੁੱਟੀ ਪਈ ਹੈਗੀ ਕੋਈ ਕਿਹੜੇ ਕਿਹੜੇ ਸੈਕਟਰ ਦੀ ਸਰ ਕਿਹੜੇ 68 ਦੀ ਹੋਈ ਕੋਈ ਰਿਪੇਅਰ ਕਰਨ ਵਾਲਾ ਨਹੀਂ ਹੈਗਾ ਉਹਨੂੰ ਤੇ ਪਾਰਕਾਂ ਦੀ ਹਾਲਤ ਸਰ ਕਿਸ ਤਰ੍ਹਾਂ ਦੀ ਹੈ ਪਾਰਕਾਂ ਦੇ ਵੀ ਅਸੋਸ ਹੋਈ ਹੈ ਇੰਨੇ ਕੋਈ ਵਧੀਆ ਤਾਂ ਹੈ ਨਹੀਂਗੇ ਸੋਸੋ ਹੈਗੀ ਐ ਤੇ ਮੁਹਾਲੀ ਜੇ ਸਰ ਕਿਹੜੀ ਤੁਹਾਨੂੰ ਲੱਗਦਾ ਕਿ ਕਿਹੜੀ ਪਾਰਟੀ ਦਾ ਜਿਹੜਾ ਜ਼ਿਆਦਾ ਬੋਲਬਾਲਾ ਸਾਨੂੰ ਨਹੀਂ ਪਤਾ ਹੈਗਾ ਵੀ ਕਿਹਦੀ ਕਿਹੜੀ ਪਾਰਟੀ ਦਾ ਹੋਵੇ ਇਹ ਸਾਨੂੰ ਨਹੀਂ ਪਤਾ ਹੈਗਾ ਇਹ ਤਾਂ ਹੁਣ ਅਸੀਂ ਕਿਸੇ ਦਾ ਕੀ ਐਡਿਟ ਕਰ ਸਕਦੇ ਆ ਮਾਈਂਡ ਵੀ ਕਿਸੇ ਦਾ ਮਾਈਂਡ ਨਹੀਂ ਕੀ ਆ ਅਜੇ ਜਿਹੜੀ ਜਨਰਲ ਚੀਜ਼ ਦੇਖਦੇ ਹੈਗੇ ਆ ਵੀ ਇਹ ਜਿਹੜੇ ਪਾਲਟਿਸ਼ਨ ਨੇ ਇਹ ਜਿਹੜੇ ਅਰਬਾ ਖਰਬਾ ਪਤੀ ਬਣੇ ਬੱਚਿਆਂ ਨਾਲ ਬਾਹਰ ਨੇ ਸਾਰਿਆਂ ਦੇ ਕਿਸੇ ਦੇ ਦੇਖ ਲਓ ਬਾਹਰ ਵੱੜਦੇ ਆ ਬਾਕੀ ਆਮ ਆਦਮੀ ਕੌਮਨ ਆਦਮੀ ਦੇ ਕਿਸੇ ਨੇ ਜਿਹਨੇ ਗੱਲਾਂ ਹੀ ਕੌਮਨ ਆਦਮੀ ਦੀ ਕਰਦੇ ਆ ਸਰ ਮੋਹਾਲੀ ਜੇਪਾ ਸਿਹਤ ਮੰਤਰੀ ਆਪਣੇ ਮੋਹਾਲੀ ਦੇ ਰਹਿ ਚੁੱਕੇ ਆ ਤੁਹਾਨੂੰ ਸਿਹਤ ਸਹੂਲਤਾਂ ਦੇ ਪ੍ਰਤੀ ਕਿਵੇਂ ਲੱਗ ਮੈਂ ਅਸੀਂ ਤਾਂ ਉਹਨਾਂ ਦਿਨਾਂ ਜਦ ਜੱਤਾ ਕੋ ਸਿਹਤ ਮੰਤਰੀ ਆਇਆ ਤਾਂ ਬੰਵਾਰ ਹੋਇਆ ਨਹੀਂ ਇਸ ਕਰਕੇ ਸਾਨੂੰ ਲੋੜ ਨਹੀਂ ਪਈ ਹਸਪੀਟਲ ਜਾਣ ਦੀ ਸਾਨੂੰ ਪਤਾ ਨਹੀਂ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਪਰ ਇੱਕ ਵਾਰ ਗਏ ਸੀਗੇ ਕੋਵਿਡ ਦਾ ਟੈਸਟ ਕਰਾਉਣ ਦੇ ਖਾਤਰ ਤੱਕੇ ਹੀ ਸੀਗੇ ਉੱਥੇ ਜੀ ਵਿੰਡੋ ਬੰਦੀ ਮਿਲੀ 200 ਬੰਦਾ 300 ਬੰਦਾ ਲਾਈਨ 'ਚ ਖੜਾ ਸੀਗਾ ਕੰਟੇ ਕੰਟੜੇ ਕੰਢੇ ਖੜ ਕੇ ਲਾਈਨ ਦੇ ਵਿੱਚ ਮੁੜ ਕੇ ਆਉਣਾ ਪਿਆ ਸਾਨੂੰ ਇਹਦੇ ਤਾਂ ਹਾਲ ਨੇ ਗੱਲੀ ਬਾਤੀ ਇਹ ਸਾਰਾ ਕੁਝ ਹੀ ਕਰ ਦਿੰਦੇ ਨੇ ਅਸੀਂ ਇਹ ਕਰਤਾ ਜੇ ਅਸੀਂ ਉਹ ਤੁਸੀਂ ਸਰ ਉਹ ਸ਼ਹਿਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦਾ ਡਵੈਲਪਮੈਂਟ ਤੁਹਾਡਾ ਵੀ ਵਿਊ ਕੀ ਇਹ ਬਿਜਲੀ ਬਿੱਲਾਂ ਦੇ ਉੱਤੇ ਇੱਕ ਕਾਉਸ ਸਿਸਲਾਇਆ ਹੋਇਆ ਇਹਨਾਂ ਨੇ ਆ ਗਾਈਆਂ ਤੁਸੀਂ ਤੁਹਾਡੇ ਸਾਹਮਣੇ ਦੇਖ ਲਓ ਕਿਵੇਂ ਤੁਰੀਆਂ ਫਿਰਦੀਆਂ 68 ਚ ਵੀ ਤੁਰਿਆ ਇੱਥੇ ਤੁਰੇ ਫਿਰਦੀਆਂ ਅੱਜ ਇੱਥੇ ਆ ਡੰਪਜਾ ਬਣਾਇਆ ਹੋਇਆ ਹੈ ਗਾਰਬੇਜ ਦਾ ਉੱਤੇ ਜਾ ਕੇ ਦੇਖ ਲਓ ਕੀ ਇਹਨਾਂ ਦੇ ਹੈਗਾ ਕਿ ਜਾਂਦਾ ਕਿੱਥੇ ਆ ਪੈਸਾ ਉਹ ਪਰ ਮੁਹਾਲੀ ਚ ਦੋ ਗਊਸ਼ਾਲਾਾਂ ਮ ਬਣ ਚੁੱਕੀਆਂ ਹੁਣ ਤੱਕ ਤੁਸੀਂ ਜਾ ਕੇ ਤੁਸੀਂ ਸੜਕਾਂ ਦੇ ਘੁੰਮ ਕੇ ਦੇਖੋ ਇੱਥੇ ਚਲੇ ਜਾਓ ਪਿਛਲੇ ਪਾਸੇ ਦੇਖ ਲਓ ਇੱਥੇ ਕਿੰਨੀਆਂ ਗਾਈਆਂ ਬੈਠੀਆਂ ਹੋਣਗੀਆਂ ਆ ਕੁੰਬੜੇ ਤੋਂ ਕਿੰਨੀਆਂ ਗਾਈਆਂ ਆਉ ਹਰੀ ਕੀਤੀ ਪਈ ਹੁੰਦੀ ਆ ਸਾਰੇ ਗੋਹਾ ਕਰ ਕਰਕੇ ਉਹਨਾਂ ਇੰਨੇ ਐਸੇ ਮਸਲੇ ਹੈਗੇ ਨੇ ਕਿ ਚੰਡੀਗੜ੍ਹ ਦੇ ਨਾਲ ਸ਼ਹਿਰ ਮੁਹਾਲੀ ਦੇ ਵਿੱਚ ਰਹਿਣ ਦਾ ਵੀ ਕੋਈ ਕੋਈ ਉਹ ਨਹੀਂ ਹੈ ਜੇ ਤੇ ਪਿੰਡ ਵਰਗਾ ਹੀ ਕੰਮ ਹੈ ਇੱਥੇ ਦਾ ਕੋਈ ਇਹ ਫਸਲ ਦੀ ਸ਼ਹਿਰਾਂ ਦੀ ਫੈਸਿਲਿਟੀ ਨਹੀਂ ਹੈਗੀ ਵੀ ਸ਼ਹਿਰਾਂ ਦੀ ਫੈਸਿਲਿਟੀ ਦਿੱਤੀ ਹੋਈ ਹੈ ਉਹਨਾਂ ਨੇ ਭਾਈ ਕਈ ਜਾਣੇ ਕੁੱਤੇ ਦੇਖ ਲਓ ਕਿਦਾਂ ਤੋਰੇ ਫਿਰਦੇ ਆ ਗਾਈਆਂ ਦੇਖ ਲਓ ਕਿਵੇਂ ਤੁਰੀਆਂ ਫਿਰਦੀਆਂ ਇੱਥੇ ਬੰਦੇ ਬਾਤੀ ਸਾਰਾ ਕੁਝ ਏ ਕਰ ਉੱਥੇ ਬੈਠੇ ਆਪਣੇ ਕਮਰੇ ਐ ਇਸ ਵੀ ਕਮਰੇ ਦੇ ਬੈਠੇ ਸਾਰਾ ਕੁਝ ਪੂਰਾ ਕਰੀ ਜਾਂਦੇ ਆਗੇ ਸਰ ਹਲਕਾ ਵਿਧਾਇਕ ਜਿਹੜੇ ਸਾਡੇ ਹੈਗੇ ਬਲਵਿੰਦਰ ਸਿੰਘ ਸਿੱਧੂ ਉਹਨਾਂ ਦਾ ਕਹਿਣਾ ਕਿ ਕਾਫੀ ਵਿਕਾਸ ਹੋ ਗਿਆ ਮੁਹਾਲੀ ਦੇ ਵਿੱਚ ਬਹੁਤ ਜ਼ਿਆਦਾ ਕੋਈ ਆਪ ਦੇ ਮੂੰਹ ਤੇ ਆਪਣੀ ਬੁਰੀਾਈ ਕਰਦਾ ਹੁੰਦਾ ਉਹ ਆਪ ਦਾ ਉਹਨਾਂ ਦਾ ਵਿਕਾਸ ਹੋ ਗਿਆ ਹੁਣ ਉਹਨਾਂ ਦਾ ਵਿਕਾਸ ਬਿਹਤਰਾ ਹੋ ਗਿਆ ਆਪਦਾ ਹਾਂਜੀ ਹਾਂਜੀ ਬਾਕੀ ਕਿੱਦਾਂ ਹੋਇਆ ਜੀ ਆਪਦੇ ਆਪਦੇ ਮੁੰਡੇ ਕੋਲ ਆਪਦੇ ਭਾਈਆਂ ਨੂੰ ਆਪਦੇ ਮੁੰਡਿਆਂ ਨੂੰ ਅੱਗੇ-ਅੱਗੇ ਲਾਈ ਜਾਂਦੇ ਨੇ ਕਿ ਹੋਰ ਕਿਹੜਾ ਨੂੰ ਲਾਉਂਦੇ ਹੈਗੇ ਨੇ ਕਿਸੇ ਨਿਵਾਟਵ ਗੱਡ ਜਨਰਲ ਲੈਖ ਲੋ ਕਿਸੇ ਨੂੰ ਕਿ ਦੇਖ ਲੋ ਮੇਅਰ ਦੇਖ ਲੋ ਸਭ ਆਪਰੇ ਆਪਦੇ ਸਾਰੇ ਨੂੰ ਲਾਉਂਦੇ ਕਿਹਨੂੰ ਲਾਉਂਦੇ ਹੈ ਹੋਰ ਆਮ ਕਾਮਾ ਨਾ ਆਦਮੀ ਨੂੰ ਵੋਟਾਂ ਉਹ ਪਸਰ ਹੁਣ ਥੋੜਾ ਜਿਹਾ ਇੱਕ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਮਹਾਲੀ ਚ ਪਾਰਟੀ ਕਿਹੜੀ ਹੋਣੀ ਸਾਹਮਣੇ ਆਉਣੀ ਚਾਹੀਦੀ ਇਹ ਹੁਣ ਸਾਨੂੰ ਨਹੀਂ ਪਤਾ ਜੀ ਕਿਹੜੀ ਆਵੇ ਸਾਡਾ ਇਹ ਵੀ ਲੋਕਾਂ ਦਾ ਕੰਮ ਕਰਨ ਵਾਲੀ ਹੋਵੇ ਚੋਰ ਨਾ ਹੋਣ ਲੁਟੇਰੇ ਨਾ ਹੋਣ ਜਿਵੇਂ ਲੁੱਟਿਆ ਨਾ ਨੇ ਹੁਣ ਇੰਨਾ ਲੁੱਟਦੇ ਆ ਰਹੇ ਨੇ ਲੋਕਾਂ ਨੂੰ ਰੇਤਾ ਬਜਰੀ ਕਿੱਥੇ ਗਿਆ ਕਿਹੜਾ ਚੰਨੀ ਕਹਿੰਦੇ 5.5 ਰੁਪਏ ਕਰਤਾ ਮੈਂ ਚੈਲੰਜ ਕਰਨਾ ਲੈ ਕੇ ਦੇ ਦਵੇ ਮੈਨੂੰ 5.5 ਰੁਪਏ ਦਿੱਤਾ ਫਿਰ ਬਾਅਦ ਚ ਮੁੱਕਰ ਗਿਆ ਫਿਰ ਕਹਿੰਦਾ ਅਸੀਂ ਤਾਂ ਖੱਡ ਤੇ ਕੀਤਾ ਜੀ ਕਿਸੇ ਸਾਡੀਆਂ ਖੱਡਾਂ ਨਹੀਂ ਉਥੋਂ ਕੀਤਾ ਵੀ ਪਹਿਲਾਂ ਫਿਰ ਇਹਨਾਂ ਨੇ ਕਿਵੇਂ ਕਰਦਾ ਵੀ 5.5 ਰੁ ਜਿਹੜੇ ਦਿੱਤਾ ਵੇਚਣ ਵਾਲੇ ਜਾ ਕੇ ਪੁੱਛ ਲੋ 25 ਰੁਪਏ ਤੋਂ ਘੱਟ ਕੋਈ ਨਹੀਂ ਬੋਲਦਾ ਜੀ ਸਰ ਆਪਣਾ ਤੁਸੀਂ ਕਿਹੜੇ ਡਿਪਾਰਟਮੈਂਟ ਤੋਂ ਰਿਟਾਇਰ ਹੋਏ ਮੈਂ ਤਾਂ ਆਪਣਾ ਦਾ ਪ੍ਰਾਈਵੇਟ ਜੋਬ ਕੰਮ ਹੀ ਸੀ ਪ੍ਰਾਈਵੇਟ ਕੰਮ ਤੇ ਠੀਕ ਠੀਕ ਹੈ ਸੋ ਜੀ ਦੇਖਿਆ ਕਾਫੀ ਗੁੱਸਾ ਜਿਹੜਾ ਲੋਕਾਂ ਦੇ ਵਿੱਚ ਹੈਗਾ ਸਰਕਾਰ ਦੇ ਪ੍ਰਤੀ ਲੀਡਰਾਂ ਦੇ ਪ੍ਰਤੀ ਲੀਡਰਾਂ ਦੇ ਕਿਰਦਾਰ ਦੇ ਪ੍ਰਤੀ ਅੰਕਲ ਜੀ ਨੇ ਸਾਨੂੰ ਦੱਸਿਆ ਉਹ ਵੀ ਸੁਣ ਲੋ ਇੱਕ ਹੋਰ ਵੀ ਪਹਿਲਾਂ ਦਾ 4.5 ਮਲਾਈਆਂ 4.5 ਸਾਲ ਮਲਾਈਆਂ ਖਾਈ ਗਏ ਨੇ ਸਾਰੇ ਜਿੰਨੇ ਹੁਣ ਚੰਨੀ ਦੇ ਵਿੱਚ ਬੈਠਾ ਚੰਨੀ ਵੀ ਬੈਠਾ ਜਿਹੜਾ ਹਣੇ ਉਦੋਂ ਬਾਅਦ ਚਾਕੇ ਹੁਣ ਲੱਗਦਾ ਜੇ ਹੁਣ ਉਹ ਕੈਪਟਨ ਨੇ ਨਹੀਂ ਕੁਝ ਕੀਤਾ ਅਸੀਂ ਵਾਸੀ ਕਰਾਂਗੇ ਸਾਰਾ ਕੋਣ ਕੀ ਕਰ ਦੋਗਾ ਦਸਾਂ ਦਿਨਾਂ ਦੇ ਵਿੱਚ ਇਹ ਚੇਨੀ ਵੀ ਲੋਕਾਂ ਦੇ ਬੇਵਕੂਫ ਬਣਾਈ ਜਾਂਦੇ ਹੈ ਗੱਲਾਂ ਵੀ ਬੈਠੇ ਇਥੇ ਡਰਾਮੇ ਵਾਜਿਆ ਕਰਨ ਨੂੰ ਬਥਰੇ ਤੇ ਜਨਨਗੇ ਯਾਦਾ ਨਾਲ ਜਨਾ ਅਸਤੀਫਾ ਦਿੰਦੇ ਸਾਰੇ ਇਲੈਕਸ਼ਨ ਲੜਦੇ ਉਹ ਤੋਂ ਪ੍ਰੈਜ਼ੀਡੈਂਟ ਰੂਲ ਲਾਉਣਾ ਚਾਹੀਦਾ ਸੀਗਾ ਜਦੋਂ ਕੈਪਟਨ ਕੱਢਿਆ ਸੀਗਾ ਇਹਨਾਂ ਨੇ ਉਹ ਤਾਂ ਬਹਿ ਗਏ ਕੁਰਸੀਆਂ ਤੇ ਮੋਟੇ ਹੋ ਕੇ ਮਲਾਈਆਂ ਖਾਣ ਦੇ ਖਾਤਰ ਵੀ ਅਸੀਂ ਹੁਣ ਲੁੱਟ ਲਿਆ ਜਨਾਂ ਲੁੱਟ ਹੁੰਦਾ ਹੈ ਕੈਪਟਨ ਵਰਿੰਦਰ ਸਿੰਘ ਵੀ ਹੁਣ ਭਾਜਪਾ ਨਾਲ ਸੁਣਿਆ ਵੇ ਐਲਾਈਅੰਸ ਹੋ ਰਿਹਾ ਉਹਦੇ ਨਾਲ ਕਿਵੇਂ ਐਲਾਈਅੰਸ ਨੂੰ ਦੱਸੇ ਸਭ ਪਾਰਟੀਆਂ ਨੇ ਕੁਰਸੀ ਦੇ ਭੁੱਖੇ ਨੇ ਸਾਰੇ ਸਿੱਧੂ ਹੋ ਗਿਆ ਇਹ ਹੋ ਗਿਆ ਸਾਰੇ ਨੇ ਜਿਹੜਾ ਬਣਿਆ ਫਿਰਦਾ ਉਹ ਅਮਰਸਰ ਵਾਲਾ ਸਿੱਧੂ ਜਿਹੜਾ ਹੈਗਾ ਉਹ ਵੀ ਇਹਨੇ ਇਸੇ ਕੈਟੇਗਰੀ 'ਚ ਹੀ ਹੈ ਉਹਦਾ ਘਰ ਵੈਸੇ ਸਟੇਬਲ ਨਹੀਂ ਹੈ ਉਹ ਤਾਂ ਪਰ ਆਮ ਆਦਮੀ ਪਾਰਟੀ ਆ ਰਹੀ ਜਿਵੇਂ ਕੇਜਰੀਵਾਲ ਇਥੇ ਆ ਰਿਹਾ ਉਹਨਾਂ ਦੇ ਆਮ ਆਦਮੀ ਲਈ ਤਾਂ ਪਹਿਲਾਂ 20 ਐਮਐਲਏ ਸੀਗੇ 9 ਰਹਿ ਗਏ 11 ਤਾਂ ਛੱਡ ਗਏ ਉਹਨਾਂ ਨੂੰ ਕਾਦੀ ਪਾਰਟੀ ਹੈ ਉਹ ਆਮ ਆਦਮੀ ਪਾਰਟੀ ਵੀ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਭ੍ਰਸ਼ਟਾਚਾਰੀ ਲੱਗਦਾ ਹੋਊਗਾ ਜਦੋਂ ਅਗਲੇ ਸਿੱਧੇ ਕਹੀ ਜਾਂਦੇ ਨੇ ਵੀ ਬਿਨਾ ਪੈਸਿਆਂ ਤੋਂ ਟਿਕਟ ਨਹੀਂ ਦਿੰਦੇ ਹੈਗੇ ਹੁਣ ਆਸਾਂ ਤਾਂ ਪਤਾ ਨਹੀਂ ਅਸੀਂ ਕਿਹੜਾ ਵੀ ਉੱਥੇ ਗਏ ਆਗੇ ਜਦੋਂ ਉਹਨਾਂ ਦੇ ਬੰਦੇ ਕਹਿੰਦੇ ਨੇ ਵੀ ਬਿਨਾ ਪੈਸਿਆਂ ਤੋਂ ਟਿਕਟ ਨਹੀਂ ਦਿੰਦੇ ਆਮ ਆਦਮੀ ਪਾਰਟੀ ਵੀ ਜਿਹੜੀ ਹੈ 20 ਐਮਐਲਏ ਸੀਗੇ 9 ਰਹਿ ਗਏ 11 ਭੱਜ ਗਏ ਉਹ ਕਾਰੀਖਤਰ ਗਏ ਨੇ ਉਹਨਾਂ ਨੂੰ ਦੂਜੇ ਪਾਸੇ ਵਾਲਿਆਂ ਨੇ ਪੈਸੇ ਦੇ ਦੇ ਇਧਰ ਨੂੰ ਆਜ ਉਧਰ ਨੂੰ ਭੱਜ ਗਏ ਉਹ ਫਿਰ ਆਮ ਆਦਮੀ ਪਾਰਟੀ ਦੀ ਕਿਹੜਾ ਬੇਸਿਕੀ ਹੈਗਾ ਇਹਨਾਂ ਦਾ ਵੀ ਲੇ ਵੀ ਚੱਕੇ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਕੇਜਰੀਵਾਲ ਕਰੀ ਜਾਊਗਾ ਵੀ ਤੂੰ ਉੱਥੇ ਚੱਲ ਕੋਈ ਸੁਧਾਰ ਕਰ ਲਿਆ ਹੁਣ ਠੀਕ ਹੈ ਪਰ ਇੱਥੇ ਕਿਵੇਂ ਕਰੇਗਾ ਤੇ ਰਹਿ ਜਾਣਗੇ ਜੇ ਕੱਲ ਨੂੰ 60 ਬੰਦੇ ਐਮਐਲਏ ਆ ਗਏ ਤੇ 60 ਐਮਐਲਏ ਵਿੱਚ ਤੇਰੇ ਕੋਲ ਰਹਿ ਗਏ 20 40 ਭੱਜ ਗਏ ਤੂੰ ਫਿਰ ਗਵਰਨਮੈਂਟ ਕਿੱਥੋਂ ਚਲਾ ਲੇਗਾ ਕਿਹੜਾ ਮਾਡਲ ਦੇ ਦੇਗਾ ਇੱਥੇ ਸਰ ਕੀ ਲਾਦਾ ਕਿ ਜਿਹੜੇ ਉਹ ਲੀਡਰ ਨੇ ਉਹ ਵਿਕਾਊ ਹੋ ਜਾਂਦੇ ਆ ਜਾਂ ਦੂਜੀਆਂ ਪਾਰਟੀਆਂ ਉਹਨਾਂ ਨੂੰ ਖਰੀਦਿਆ ਕਿਵੇਂ ਉਹ ਵੀ ਵਿਕਾਊ ਜਾਂਦੇ ਨੇ ਕਿ ਉਹ ਦੇਖਦੇ ਨੇ ਵੀ ਮਲਾਈ ਮਿਲਦੀ ਆ ਥੱਲੇ ਪਾਸੇ ਉਹ ਦੇਖਦੇ ਨੇ ਵੀ ਜਿਹੜੀ ਰੂਲਿੰਗ ਪਾਰਟੀ ਐ ਉਹਨਾਂ ਦੀ ਚੱਲਦੀ ਐ ਜੋ ਮਰਜ਼ੀ ਕੰਮ ਕਰਾ ਲਓ ਲੋਕਾਂ ਕੋਲ ਪੈਸੇ ਲੈ ਕੇ ਅਗਲੇ ਕੰਮ ਕਰਾਉਂਦੇ ਨੇ ਲੁੱਟਦੇ ਨੇ ਅਗੇ ਸਾਰੇ ਇਹ ਕਹਿੰਦੇ ਨੇ ਕ੍ਰਾਪਸ਼ਨ ਖਤਮ ਕਰਤੀ ਤੇ ਜਾ ਕੇ ਦੇਖ ਲਓ ਤਹਿਸੀਲਾਂ ਦੇ ਤੇਸੀਲਾਂ ਵਿੱਚ ਦੇਖ ਲਓ ਥਾਣੇ ਜਾ ਕੇ ਦੇਖ ਲਓ ਕਿੱਦਾਂ ਕ੍ਰਾਪਸ਼ਨ ਹੈਗੀ ਹੈਗੀ ਰਜਿਸਟਰੀ ਕਰਕੇ ਦਿਖਾ ਦੇਣ ਅੰਡਰ ਕਵਰੇ ਭੇਜਣ ਤਹਿਸੀਲ ਦੇ ਵਿੱਚ ਜਾ ਕੇ ਰਜਿਸਟਰੀ ਕਰਕੇ ਦੇ ਦੇਣ ਬਿਨਾ ਪੈਸਾ ਦਿਖਾ ਦੇਣ ਵੀ ਹਾਂ ਬਿਨਾ ਪੈਸਾ ਤਾਂ ਰਜਿਸਟਰੀ ਹੁੰਦੀ ਐ ਕਿਤੇ ਮంత్రి ਨੇ ਕਿਹਾ ਪਿੱਛੇ ਜਿਹੜੇ ਰੇਤਾ ਸਸਤਾ ਕਰਤਾ ਸਾਰਾ ਕੁਝ ਸਸਤਾ ਉਹ ਬਜਰੀ ਸਸਤੀ ਚੈਲੰਜ ਹੈ ਮੇਰਾ ਚੀਫ ਮਿਨਿਸਟਰ ਨੂੰ ਆਜਵੇ ਮੇਰੇ ਨਾਲ ਮੈਂ ਲੈ ਕੇ ਚਲੂਗਾ ਦਿਖਾ ਦੇ ਮੈਨੂੰ 5.5 ਰੁਪਏ ਰੇਤਾ ਕਿੱਥੇ ਮਿਲਦਾ ਹੁਣ ਬਾਅਦ ਚ ਕਹਿੰਦਾ ਉਹ ਟਰਾਂਸਪੋਰਟੇਸ਼ਨ ਦਾ ਬਾਅਦ ਚ ਅਸੀਂ ਆਸਐਸਪੀ ਨੂੰ ਕਹਾਂਗੇ ਫਲਾਣਾ ਕਰਾਂਗੇ ਉਹ ਫਿਕਸ ਕਰਨਗੇ ਜੀ ਰੇਟ ਕਦੋਂ ਫਿਕਸ ਕਰਨਗੇ ਤੁਸੀਂ ਆਹ ਚ ਲੈ ਜਾਓ 25 ਰੁਪਏ ਫੋਟੋ ਤੋਂ ਘੱਟ ਰੇਤਾ ਨਹੀਂ ਮਿਲ ਰਿਹਾ ਕਦੇ ਵੀ ਸੋ ਆਪਾਂ ਦੇਖ ਰਹੇ ਕਿ ਜਿਹੜਾ ਪੋਲੀਟਿਸ਼ੀਅਨ ਨੂੰ ਲੈ ਕੇ ਲੀਡਰਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਅੰਕਲ ਜੀ ਨੇ ਕਾਫੀ ਦੱਸਿਆ ਸਾਨੂੰ ਵਧੀਆ ਢੰਗ ਨਾਲ ਤੇ ਇੱਥੇ ਪਾਰਕ ਵਿੱਚ ਜਿਹੜਾ ਅਸੀਂ ਬੈਠੇ ਆਂ ਤੇ ਅੰਕਲ ਜੀ ਜਿਹੜੀ 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 ਤੁਹਾਨੂੰ ਸਰ ਸਰ ਜਿਹੜੀ ਅਸੀਂ ਤੁਹਾਡੇ ਸਿਰਫ ਵਿਊ ਲੈਣੇ ਆ ਜੀ ਅਸੀਂ ਜਿਹੜੀ ਪਾਰਟੀਆਂ ਸਰ ਸਰ ਸਰਕਾਰਾਂ ਚੱਲ ਰਹੀਆਂ ਤੇ ਭ੍ਰਿਸ਼ਟਾਚਾਰ ਹੋ ਰਿਹਾ ਜਾਂ ਸਰਕਾਰਾਂ ਤੋਂ ਕਿੰਨੇ ਕੁ ਲੋਕ ਸੰਤੁਸ਼ਟ ਹੈ ਸੰਤੁਸ਼ਟ ਦਾ ਜਿਹੜਾ ਭ੍ਰਿਸ਼ਟਾਚਾਰੋਂ ਪ੍ਰਤੀਸਤ ਮੇਰਾ ਕੁਲਦੀਪ ਕੁਮਾਰ ਆ ਜੀ ਕਿੱਥੇ ਰਹਿਣ ਵਾਲੇ ਸਰ ਇੱਥੇ ਮੋਹਾਲੀ ਸਰ ਹਰ ਰੋਜ਼ ਕਰਨਾਉਦੇ ਇੱਥੇ ਤਕਰੀਬਨ ਤਕਰੀਬਨ ਜੀ ਕਿ ਸਰ ਜਿਹੜੀ ਸਰਕਾਰਾਂ ਨੇ ਪੰਜਾਬ ਦੀਆਂ ਇਹ ਮੁਹਾਲੀ ਦੀ ਹਾਲਾਤ ਉਹ ਕਿਦਾਂ ਦੇ ਤੁਸੀਂ ਮਹਿਸੂਸ ਕਰ ਰਹੇ ਜੀ ਤਾਂ ਸਰਕਾਰਾਂ ਦਾ ਤਾਂ ਕੰਮ ਝੂਠ ਬੋਲਣਾ ਸੱਤ ਤੱਕ ਦੀ ਬੋਲਦਾ ਹੀ ਨਹੀਂ ਵੈਸੇ ਲੋਕਾਂ ਨੂੰ ਬੇਕੂ ਬਣਾਉਣਾ ਕਹਿਣਾ ਕੁਝ ਕਰਨਾ ਕੁਝ ਜੀ ਇਸ ਤਰ੍ਹਾਂ ਮਤਲਬ ਕਿਸ ਤਰ੍ਹਾਂ ਮੈ ਜਿਸ ਤਰ੍ਹਾਂ ਕੋਈ ਕਿਸੇ ਨਾਲ ਵਾਦਾ ਕਰ ਲਿਆ ਜੀ ਫੁੱਲਫੀਲ ਕਰਨਾ ਨਹੀਂ ਉਹ ਉਹ ਫਿਰ ਝੂਠ ਬੋਲਣਾ ਹੋ ਗਿਆ ਜੀ ਉਹਨਾਂ ਨੇ ਕਿਹਾ ਵੀ ਸਾਰੇ 15 ਰੁਪਏ ਦੇ ਰਹਿਆਂ ਸੀ ਜੀ ਹੋ ਸਕਦਾ ਮਿਲਦਾ ਵੀ ਹੋ ਜੀ ਕਈ ਜਗ੍ਹਾ ਕਹ ਰਹੇ ਨਹੀਂ ਬੀਬੀ ਰੁਪਏ ਮਿਲਦੇ ਸਾਨੂੰ ਕੁਝ ਕਹਿ ਨਹੀਂ ਸਕਦੇ ਇਸ ਬਾਰੇ ਜੀ ਜਿਹੜਾ ਮੁਹਾਲੀ ਦੇ ਵਿੱਚ ਡਿਵੈਲਪਮੈਂਟ ਵਿਕਾਸ ਕਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰ ਰਹੇ ਠੀਕ ਠੀਕ ਆ ਠੀਕ ਆ ਤੇ ਜਿਵੇਂ ਅੰਕਲ ਜੀ ਨੇ ਸਾਨੂੰ ਦੱਸਿਆ ਕਿ ਸੜਕ ਟੁੱਟੀ ਆ ਤੇ ਵੀ ਇਦਾਂ ਦੇਖੋ ਸੜਕਾਂ ਟੁੱਟੀਆਂ ਰਹਿਣੀਆਂ ਜੀ ਲੋਕ ਕਿਹੜਾ ਹੜਦਿਆਂ ਜੀ ਪਾਣੀ ਡੋਲ ਦਿੰਦੇ ਵਿੱਚ ਜੀ ਇਹ ਗੱਡੀਆਂ ਵਾਲੇ ਗੱਡੀਆਂ ਧੋਣ ਦੇ ਪਾਈਪਾ ਲਾ ਲਾ ਕੇ ਜੀ ਹੁਣ ਸੜਕ ਵਿਚਾਰੀ ਕੀ ਕਰੇਗੀ ਉੱਥੇ ਜੀ ਇਹ ਤਾਂ ਲੋਕੋ ਨੂੰ ਆਪਣਾਪ ਵੀ ਚਾਹੀਦਾ ਜੀ ਵੈਸੇ ਵੀ ਕੁਛ ਆਪਾਂ ਬਣਾਈ ਅਤੇ ਮਾੜਾ ਮੋਟਾ ਦਾ ਮੇਨਟੇਨ ਕਰਨਾ ਤੇ ਕੁਛ ਨਾ ਕੁਛ ਨੂੰ ਰੱਖੇ ਆਪਾਂ ਜੀ ਇਹ ਆ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਮੋਹਾਲੀ ਜਿਵੇਂ ਕੋਈ ਆਵਾਰਾ ਪਸ਼ੂਆਂ ਤੋਂ ਜਾਂ ਹੋਰ ਸਾਰੇ ਪਾਸੇ ਤੋਂ ਲੋਕ ਸੰਤੁਸ਼ਟ ਨੇ ਸਹਿਮਤ ਨੇ ਕੋਈ ਨਾ ਆਵਾਰ ਪਸ਼ੂ ਉੱਥੇ ਬਹੁਤ ਹਨ ਜੀ ਵੈਸੇ ਸੜਕਾਂ ਤੇ ਫਿਰਦੇ ਨੇ ਐਕਸੀਡੈਂਟ ਬਹੁਤ ਹੁੰਦੇ ਐ ਉੱਥੇ ਜੀ ਬੇਸਾਬ ਲੱਗ ਕੇ ਵੀ ਔਰ ਸੱਟਾਂ ਲੱਗਦੀਆਂ ਲੋਕ ਮਰੇ ਵੀ ਐ ਤੇ ਬਹੁਤ ਇਹ ਤਾਂ ਇਹਨਾਂ ਨੂੰ ਕੋਈ ਨਾ ਕੋਈ ਇਹਦਾ ਹੱਲ ਕਰਨਾ ਚਾਹੀਦਾ ਜੀ ਸਰ ਕੋਈ ਮਤਲਬ ਗਊਸ਼ਾਲਾ માં ਦੋ ਇੱਥੇ ਹੈਗੀਆਂ ਬਣੀਆਂ ਹੋਈਆਂ ਹੁਣ ਵੱਡੀਆਂ ਤੇ ਫਿਰ ਉਸ ਦੇ باوجود ਵੀ ਕਿਵੇਂ ਹੱਲ ਨਹੀਂ ਹੋ ਰਿਹਾ ਉਸ ਤਰ੍ਹਾਂ ਜੀ ਇਲੈਕਸ਼ਨ ਆ ਗਿਆ ਨਾ ਵਿੱਚ ਹੁਣ ਕਹਿੰਦੇ ਇਹ ਤਾਂ ਇਹ ਕਹਿੰਦੇ ਵੀ ਅਸੀਂ ਇਲੈਕਸ਼ਨ ਤੋਂ ਬਾਅਦ ਕਰਾਂਗੇ ਜੋ ਵੀ ਕਰਾਂਗੇ ਜੀ ਹੁਣ ਪਤਾ ਨਹੀਂ ਹੁੰਦਾ ਕਿ ਨਹੀਂ ਇਹ ਤਾਂ ਇਹ ਜਾਣਦੇ ਨਹੀਂ ਵੈਸੇ ਹਾਲ ਤਾਂ ਚੋਣ ਜਾਪਦਾ ਨਹੀਂ ਲੱਗਿਆ ਸਰ ਚੋਣ ਜਾਪਦਾ ਨਾ ਵੀ ਲੱਗੇ ਜੀ ਲੇਕਿਨ ਵੋਟਾਂ ਦਾ ਖਰਾਬ ਹੁੰਦੇ ਉਹਨਾਂ ਨਹੀਂ ਵੋਟ ਜਿਹਦੇ ਪਸ਼ੂ ਠਾਣਗੇ ਜੀ ਉਹ ਉਹ ਤਾਂ ਫਿਰ ਵੋਟ ਕਿੱਥਾਂ ਪਾ ਦੇਗਾ ਜੀ ਉਹਨੂੰ ਮਤਲਬ ਆਪਣਾ ਵੀ ਕੋਈ ਪਸ਼ੂਆਂ ਦੇ ਮਾਮਲੇ ਚ ਵੀ ਜਿਹੜੀ ਆ ਪੋਲਿਟਿਕਸ ਰਹੀ ਚੱਲਦੀ ਪਈ ਹੈ ਜੀ ਹਰ ਇੱਕ ਚੀਜ਼ ਪੋਲਿਟਿਕਸ ਹੈ ਜੀ ਕੋਈ ਵੀ ਚਾਹੇ ਪੋਲਿਟਿਕਸ ਤਾਂ ਰਹਿ ਕੇ ਚੀਜ਼ ਹੈ ਜੀ ਸੋ ਸਰ ਜਿਹੜੀ ਮੁਹਾਲੀ ਹਲਕੇ ਦੀ ਪੋਲਿਟਿਕਸ ਹੈ ਤੁਹਾਨੂੰ ਉਹ ਕੀ ਲੱਗਦਾ ਹੈ ਕਿ ਕਿੱਦਾਂ ਦੇ ਲੀਡਰ ਹੋਣਾ ਚਾਹੀਦਾ ਹੈ ਕਿ ਲੀਡਰ ਰੱਖੋ ਜੀ ਇਮਾਨਦਾਰਾ ਨੇ ਚਾਹੀਦੀਆਂ ਜੀ ਰਾਏ ਕਹਿੰਦੇ ਜੀ ਚਾਹੇ ਕੋਈ ਵੀ ਜੀ ਚਾਹੇ ਮੁਹਾਲੀ ਦਾ ਚਾਹੇ ਸਟੇਟ ਦਾ ਚਾਹੇ ਆਪਣਾ ਸਾਡੇ ਕੰਟਰੀ ਦਾ ਜੀ ਇਮਾਨਦਾਰ ਆਵੇ ਨਾ ਜੀ ਉਹਦੇ ਬਰ ਗਰੀਸ ਨਹੀਂ ਹੈ ਜੀ ਮੁਹਾਲੀ ਹਲਕੇ ਜੀ ਦਾ ਸਿਹਤ ਮੰਤਰੀ ਵੀ ਰਹਿ ਚੁੱਕੇ ਆ ਜਿਹੜੇ ਬਲਵੀਰ ਸਿੰਘ ਸਿੱਧੂ ਉਹਨਾਂ ਦੇ ਟਾਈਮ ਦੇਖੋ ਜਿੱਥੇ ਮੈਡੀਕਲ ਕਾਲਜ ਵੀ ਆਇਆ ਜੀ ਔਰ ਹੋਰ ਵੀ ਇਹਨਾਂ ਨੇ ਕਾਫੀ ਕੁਝ ਕੀਤਾ ਜਿੱਥੇ ਜੀ ਸੇਤ ਸਹੂਲਤਾਂ ਪੱਖੋਂ ਲੋਕ ਕਿੰਨੇ ਕੁ ਸੈਟੀਸਫਾਈ ਰਹੇ ਆ ਤੇ ਹੋਰ ਲੋਕਾਂ ਬਾਰੇ ਆਪੇ ਨਹੀਂ ਕੁਝ ਕਹਿ ਸਕਦੇ ਜੀ ਆਪਣੇ ਬਣਾ ਰਹੇ ਕਿਦੇ ਆ ਜੀ ਹਾਂ ਅੰਕਲ ਜੀ ਆਪਾਂ ਕਿਹੜੇ ਡਿਪਾਰਟਮੈਂਟ ਤੋਂ ਰਿਟਾਇਰ ਮੈਂ ਲਖਸ਼ੀ ਬੋਰਡ ਪੰਜਾਬ ਚ ਹੋਇਆ ਜੀ ਤੇ ਤੁਸੀਂ ਪੈਨਸ਼ਨਰ ਹੋ ਤਾਂ ਪੈਨਸ਼ਨਰਾਂ ਦੀਆਂ ਜਿਹੜੀਆਂ ਡਿਮਾਂਡਸ ਆ ਉਹ ਕਿਸ ਤਰ੍ਹਾਂ ਦੀਆਂ ਸਰਕਾਰ ਮੰਨਦਾ ਨਾ ਮੰਨੀ ਨਹੀਂ ਜੀ ਕੋਈ ਨਹੀਂ ਮੰਨੀ ਸਰਕਾਰ ਨੇ ਜੀ ਇਹ ਕਹਿੰਦੇ ਕੁਛ ਨਹੀਂ ਕਰ ਕੈਪਟਨ ਸਰਕਾਰ ਤੋਂ ਜਾਂ ਚੰਨੀ ਸਰਕਾਰ ਤੋਂ ਪੈਨਸ਼ਨਰ ਕਿੰਨੇ ਕੁ ਸੈਟੀਸਫਾਈ ਹੋਏ ਇਹ ਤਾਂ ਸੈਟੀਸਫਾਈ ਤਾਂ ਹੋਗੇ ਜੀ ਜੋ ਪੇ ਕਮਿਸ਼ਨ ਨੇ ਸਾਨੂੰ ਰਿਕਮੈਂਡ ਕਰਿਆ ਜੀ ਉਹ ਮਿਲਣਗੇ ਅਸੀਂ ਤਾਂ ਸੈਟੀਸਫਾਈ ਹੋਗੇ ਜੀ ਹਾਲੇ ਤੱਕ 6 ਮਹੀਨਾ ਕੋਈ ਨਹੀਂ ਮਿਲਿਆ ਸਾਹਿਬ 6 ਮਾ ਤਨਖਾਹ ਕਮਿਸ਼ਨ ਸਰਕਾਰ ਨੇ ਕਿਹਾ ਸੀ ਅਸੀਂ ਜਿਹੜਾ ਲਾਗੂ ਕਰਤਾ ਹਰ ਇੱਕ ਨੂੰ ਦੇ ਦੇ ਬਿਲਕੁਲ ਲੰਗੜਾ ਕੀਤਾ ਇਹਨਾਂ ਨੇ ਜੀ ਅੱਛਾ ਜੀ ਹਾਂ ਜਿਹੜਾ ਉਹਨੇ ਰਿਕਮੈਂਡ ਕਰਿਆ ਜੀ ਉਹ ਪੈਨਸ਼ਨਰਾਂ ਤੇ ਨਾ ਹੀ ਲਾਗੂ ਹੈ ਜੀ ਉਹ ਪਰ ਪਿੱਛੇ ਜੀ ਉਹਨਾਂ ਨੇ ਚੰਨੀ ਸਾਹਿਬ ਨੇ ਮੁੱਖ ਮੰਤਰੀ ਨੇ ਇੱਕ ਐਡ ਵੀ ਦਿੱਤੀ ਸੀ ਅਖਬਾਰਾਂ ਦੇ ਵਿੱਚ ਬਕਾਇਦਾ ਕੁਝ ਪੇ ਇੱਕ ਦੋ ਪੈਨਸ਼ਨਰ ਨਾਲ ਖੜੇ ਕਰਕੇ ਵੀ ਫੋਟੋ ਚ ਲੱਗੀ ਇਸ ਤਿਹਾਰਾਂ ਚ ਵੀ ਅਸੀਂ ਜਿਹੜਾ ਮੈਂ ਪੈਨਸ਼ਨਰਾਂ ਇਹ ਲਾਗੂ ਕਰਤੀ ਇਸ ਸੁਧਦੀ ਹੋਈ ਤਨ ਜਿਹੜੀ ਪੈਨਸ਼ਨ ਆ ਉਹ ਹਾਲੇ ਤੱਕ ਕਿਵੇਂ ਕਾਰਗਰ ਹੋਈ ਤਾਂ ਕੁਝ ਨਹੀਂ ਮਿଲା ਸਾਨੂੰ ਜੀ 1 ਰੁਪਿਆ ਵੀ ਨਹੀਂ ਵਧਿਆ ਜੀ ਬਾਕੀ ਕਹਿੰਦੇ ਕੁਛ ਹਰ ਹੋਣ ਦਾ ਕੁਛ ਹੈ ਜੀ ਵਸੇ ਜਦ ਤੱਕ ਕੋਈ ਸਰਕਾਰ ਰਿਸ਼ਿਓ ਨਾ ਹੋ ਨੋਟੀਫਿਕੇਸ਼ਨ ਰਿਸ਼ਿਓ ਨਾ ਆਉਣੀ ਜਦ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਜੀ ਇਹਨਾਂ ਚੰਨੀ ਸਾਹਿਬ ਨੇ ਜਰੂਰ ਕਿਹਾ ਲੇਕਿਨ ਮਿਲੇ ਕੁਝ ਨਹੀਂ ਚਲੇ ਹਾਲ ਦੀ ਘੜੀ ਐਲਾਨਾਂ ਦਾ ਜਿਹੜਾ ਛੜੀ ਹੋਰ ਜ਼ਿਆਦਾ ਲੱਗੀ ਹੋਈ ਆ ਬਿਲਕੁਲ ਜੀ ਬਿਲਕੁਲ ਉਹੀ ਹੈ ਜਿਹੜੇ ਐਲਾਨ ਕਰੇ ਨਾ ਜੀ ਉਹੀ ਹੈ ਜੀ ਬਾਕੀ ਹੋਰ ਕੁਝ ਨਹੀਂ ਮਿਟਿਆ ਜੀ ਪਾਰਟੀ ਕਿਸ ਤਰ੍ਹਾਂ ਦੀ ਤੁਸੀਂ ਪੋਲੀਟੀਕਲ ਪਾਰਟੀ ਮੋਹਾਲੀ ਚ ਕਿਸ ਤਰ੍ਹਾਂ ਦੀ ਚਾਹੁੰਦੇ ਕਿ ਜਿਹੜੀ ਹੁਣ ਨਹੀਂ ਕਹਿ ਸਕਦੇ ਜੀ ਵੈਸੇ ਇਸ ਬਾਰੇ ਨੂੰ ਕੁਝ ਕਹਿ ਸਕਦੇ ਜੀ ਆਪਾਂ ਅਸੀਂ ਰਾਏ ਕਰਦੇ ਵੀ ਜਿਹੜੀ ਪਾਰਟੀ ਮਰ ਜAVE ਜੀ ਇਮਾਨਦਾਰੀ ਨਾਲ ਕੰਮ ਕਰੇ ਲੋਕਾਂ ਦੇ ਲੋਕਾਂ ਨੂੰ ਸੈਟੀਸਫਾਈ ਕਰੇ ਜੀ ਉਹ ਅਸੀਂ ਕਹਿ ਦਾਂਗੇ ਇਸ ਸਮੇਂ ਸ਼ਹਿਰ ਕਰਨ ਸ਼ਾਮ ਨੂੰ ਆਉਂਦਾ ਰੋਜ਼ਦਾ ਪੂਣਾ ਘੰਟਾ ਕਰਦਾ ਸ਼ਹਿਰ ਬਾਕੀ ਇੱਥੇ ਆ ਕੇ ਲਾਈਟਾਂ ਵਾਲੀ ਸ਼ਾਮ ਦੇ ਉੱਪਰ ਆਬਲਮ ਹੋ ਜਾਂਦੀ ਹੈ ਕੁਝ ਸੈਸ ਸਫਾਈ ਵਗੈਰਾ ਜਲਦੀ ਵੀ ਹੈ ਕੁਝ ਪਹਿਲਾਂ ਹੁੰਦੀ ਨਹੀਂ ਸੀ ਹੁਣ 2-4 ਦਿਨ ਤੋਂ ਸਫਾਈ ਹੋਣੀ ਸ਼ੁਰੂ ਹੋ ਗਈ ਹੈ ਕਿਹੜੇ ਪਾਰਕ ਦੇ ਵਿੱਚ ਤੁਸੀਂ ਇੱਥੇ ਕਿਹੜਾ ਪਾਰਕ ਹੈ ਸਿਟੀ ਪਾਰਕ ਹੈ ਜੀ ਤੇ ਕੀ ਪ੍ਰੋਬਲਮ ਹੈ ਸਰ ਪਾਰਕ ਦੇ ਵਿੱਚ ਤੁਹਾਨੂੰ ਪਾਰਕ ਦੀ ਸਫਾਈ ਪਹਿਲਾਂ ਘੱਟ ਹੁੰਦੀ ਸੀ ਹੁਣ ਸਫਾਈ ਥੋੜੀ ਸ਼ੁਰੂ ਹੋ ਗਈ ਹੈ ਉਹ ਐਮਸੀ ਇੱਥੇ ਦਾ ਹੈਗਾ ਉਸ ਨੂੰ ਫੋਨ ਕਰ ਦੇਈਦਾ ਉਹ ਇੰਪਲੀਮੈਂਟ ਕਰ ਦਿੰਦਾ ਸਭ ਕੁਝ ਇੰਪਰੂਵਮੈਂਟ ਤਾਂ ਠੀਕ ਹੈਗੀ ਆ ਬਾਕੀ ਸਫਾਈਆਂ ਦੇ ਚੱਕਰ ਆ ਲਾਈਟਾਂ ਦੇ ਚੱਕਰ ਆ ਲਾਈਟਾਂ ਠੀਕ ਹੋ ਜਾਣ ਬਾਕੀ ਕੁਝ ਬੱਚੇ ਇੱਥੇ ਖੇਡਾ ਖੇਡੀ ਖੇਡੀ ਜਾਂਦੇ ਕ੍ਰਿਕਟ ਖੇਡਦੇ ਰਹਿੰਦੇ ਇਹਨਾਂ ਦੇ ਥੋੜੀ ਲੱਕ ਬਣੀ ਚਾਹੀਦੀ ਜੀ ਸਰ ਜਿਵੇਂ ਹੁਣ ਪੰਜਾਬ ਵਿੱਚ ਪੋਲਿਟਿਕਸ ਦਾ ਮਾਹੌਲ ਹੈ ਇਲੈਕਸ਼ਨ ਦਾ ਨੇੜੇ ਆ ਤੁਹਾਨੂੰ ਪੋਲਿਟਿਕਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਹੋ ਜਿਹੇ ਲੋਕ ਜਿਹੜੇ ਆਉਣੇ ਚਾਹੀਦੇ ਇਸ ਦੇ ਬਾਰੇ ਭਾਜੀ ਸਿਰਫ ਇਹ ਹੈ ਕਿ ਲੋਕਾਂ ਦੇ ਕੰਮ ਹੋਣੇ ਚਾਹੀਦੇ ਪੈਨਸ਼ਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਉਹ ਕਹੇ ਦਿੱਤਾ 3ਰ ਵੀ 10 ਸਿੱਧੂ ਨੇ ਲੇਕਿਨ ਉਹ ਜਿਹੜੇ 7 ਯੂਨਿਟ ਤੱਕ ਹੈਗਾ ਆਪਣਾ ਕੇਜੀ ਤੱਕ ਲੋਡ ਹੈ ਉਹ ਤੱਕ ਵਧਾਈ ਉਸ ਤੋਂ ਉੱਤੇ ਕੋਈ ਨਹੀਂ ਹਰ ਬੰਦੇ ਦਾ ਕੋਈ ਲੋਡ ਨਹੀਂ ਫਰਕ ਨਹੀਂ ਪਿਆ ਇੱਕ ਪਾਣੀ ਦਾ ਬੈਨੀਫਿਟ ਹੈ ਦੇਖੋ ਉਹ ਹੋਏਗਾ ਤਾਂ ਪਤਾ ਲੱਗੇ ਅਗਲੇ ਮਹੀਨੇ ਕਿਹੜਾ ਪਾਣੀ ਦਾ ਕਿਹੜਾ ਬੈਨੀਫਿਟ ਕਰੇ ਨਹੀਂ ਪਾਣੀ ਦਾ ਉਹ ਹਣ ਬਿਲ ਆਏਗਾ ਤਾਂ ਪਤਾ ਲੱਗੇਗਾ ਹਾਲੇ 10 ਮਿੰਟ ਤੋਂ ਆਇਆ ਨਹੀਂ ਤੇ ਜਿਹੜਾ ਮੁਹਾਲੀ ਹਲਕੇ ਦੀ ਪੋਲਿਟਿਕਸ ਦੇ ਬਾਰੇ ਚ ਇੱਥੇ ਤੁਹਾਨੂੰ ਕਿਦਾਂ ਦਾ ਕੈਂਡੀਡੇਟ ਜਿਹੜਾ ਉਹ ਤੁਹਾਨੂੰ ਲੱਗਦਾ ਕਿ ਹੋਣਾ ਚਾਹੀਦਾ ਇੱਥੇ ਫਿਰ ਹਾਲਤ ਹੈ ਦੇਖੋ ਸਿੱਧੂ ਸਾਡਾ ਪ੍ਰੈਜ਼ੀਡੈਂਟ ਬਣਿਆ ਜਿਹੜਾ ਕਾਂਗਰਸ ਦਾ ਉਹ ਉਹ ਠੀਕ ਹੈ ਉਹਨੂੰ ਟਾਈਮ ਮਿਲੇਗਾ ਮੌਕਾ ਮਿਲੇਗਾ ਤਾਂ ਹੀ ਪਤਾ ਲੱਗੇਗਾ ਸਾਨੂੰ ਇਸ ਗੱਲ ਬਾਰੇ ਨਹੀਂ ਨਹੀਂ ਇੱਥੇ ਮੁਹਾਲੀ ਦੇ ਇਸ ਵੇਲੇ ਜਿਹੜੇ ਮੌਜੂਦਾ ਐਮਐਲਏ ਸਭ ਕੋਈ ਠੀਕ ਹੈ ਜੀ ਐਮਸੀਐ ਸਾਡਾ ਉਹ ਅੱਛਾ ਤਰਕਾਤ ਹੈਗੇ ਨੇ ਜਦੋਂ ਵੀ ਫੋਨ ਕਰਦੇ ਸਾਡੇ ਕੋਲ ਪਹੁੰਚ ਜਾਂਦਾ ਸੋ ਏ ਸੀ ਸਿ ਜਿਹੜੇ ਮਿਲਵਾਸੀ ਲੋਕਾਂ ਦੇ ਨਾਲ ਤੁਹਾਨੂੰ ਮਿਲ ਕੇ ਗੱਲਬਾਤ ਕਰਕੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਦੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਜੈਂਟਸ ਨਾਲ ਵੀ ਗੱਲ ਕੀਤੀ ਬਜ਼ੁਰਗ ਲੇਡੀਜ਼ ਨਾਲ ਵੀ ਗੱਲ ਕੀਤੀ ਔਰ ਸਮੱਸਿਆਵਾਂ ਜਿਹੜੀ ਸ਼ਹਿਰ ਦੇ ਵਿੱਚ ਮੁਹਾਲੀ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਸਮੱਸਿਆ ਜਿਹੜੀ ਲਵਾਰਸ ਗਊਆਂ ਪਸ਼ੂਆਂ ਦੀ ਗੋਬਰ ਦੀ ਔਰ ਸਿਟੀ ਪਾਰਕ ਦੇ ਵਿੱਚ ਜਿਵੇਂ ਇੱਥੇ ਲੇਡੀਜ਼ ਨੇ 올ਡ ਲੇਡੀ ਬਜ਼ੁਰਗ ਨੇ ਦੱਸਿਆ ਕਿ ਵੀ ਕੁਝ ਜਿਹੜੇ ਮੁੰਡੇ ਕੁੜੀਆਂ ਵੀ ਇੱਥੇ ਜਿਹੜੇ ਬੈਠਦੇ ਆ ਪਾਰਕ ਵਿੱਚ ਗਲਤ ਤਰੀਕੇ ਨਾਲ ਬੈਠਦੇ ਬਾਹਰਲੇ ਸਟੇਟਾਂ ਦੇ ਨੇ ਜਾਂ ਕਿਵੇਂ ਨੇ ਉਹ ਬਜ਼ੁਰਗ ਲੇਡੀਜ਼ ਦੀ ਸਮੱਸਿਆ ਹੋਰ ਕਈ ਆਵਾਰਾ ਕੁੱਤਿਆਂ ਦੀ ਜਿਹੜੀ ਸਮੱਸਿਆ ਪਾਰਕਾਂ ਦੇ ਵਿੱਚ ਘੁੰਮਦੇ ਆ ਪਰ ਨਗਰ ਨਿਗਮ ਜਿਹੜੀ ਹੈ ਉਹਨਾਂ ਨੂੰ ਕਾਬੂ ਕਰਨ 'ਚ ਹਲੇ ਨਾਕਾਮ ਹੈ ਪੁਲਿਸ ਵੀ ਆਉਂਦੀ ਹੈ ਇੱਥੇ ਜਿਹੜੇ ਮੁੰਡੇ ਕੁੜੀਆਂ ਨੂੰ ਕੰਟਰੋਲ ਕਰਨ 'ਚ ਪਰ ਪੁਲਿਸ ਵੀ ਕਿਤੇ ਨਾ ਕਿਤੇ ਫੇਲ ਹੋ ਜਾਂਦੀ ਹੈ ਲਵਾਰਸ ਪਸ਼ੂਆਂ ਨੂੰ ਚੱਕਣ ਦੇ ਵਿੱਚ ਨਗਰ ਨਿਗਮ ਨਾਕਾਮ ਰਹਿੰਦਾ ਲੋਕ ਜਿਹੜੇ ਗੋਬਰ ਤੋਂ ਪਰੇਸ਼ਾਨ ਹੈ ਗੋਬਰ ਦੀ ਜਿਹੜੀ ਤਦ ਉਹ ਮਾਰਦੀ ਐ ਸੋ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਸਮੱਸਿਆਵਾਂ ਵਾਲੇ ਮੁਹਾਲੀ ਸ਼ਹਿਰ ਦੇ ਵਿੱਚ ਲੋਕਾਂ ਨੇ ਜਿਵੇਂ ਅਸੀਂ ਤੁਹਾਨੂੰ ਲੋਕਾਂ ਦੀ ਜਵਾਨੀ ਸੁਣਾਇਆ ਸੋ ਤੁਸੀਂ ਦੇਖਦੇ ਰਹੋ ਦਾ ਅਨਮਿਊਟ ਚੈਨਲ ਅਸੀਂ ਤੁਹਾਨੂੰ ਅੱਗੇ ਵੀ ਸਮੱਸਿਆਵਾਂ ਜਿਹੜੀਆਂ ਮੁਹਾਲੀ ਸ਼ਹਿਰ ਦੀਆਂ ਆ ਯਾ ਜੋ ਵੀ ਵਿਕਾਸ ਦੇ ਕੰਮ ਹੈਗੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਨਾਲ ਦੇ ਨਾਲ ਦਿੰਦੇ ਰਵਾਂਗੇ ਤੁਸੀਂ ਦੇਖਦੇ ਰਹੋ ਦੇਖਦੇ ਰਹੋ ਦਾ ਅਨਮਿਊਟ ਚੈਨਲ ਕੈਮਰਾਮੈਨ ਰਜਾਕ ਖਾਨ ਦੇ ਨਾਲ ਮੈਂ ਕੁਲਦੀਪ ਸਿੰਘ ਧੰਨਵਾਦ